ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਕੁਲਦੀਪ ਸਿੰਘ ਸੂਬੇਦਾਰ। ਭਰਾਵਾਂ ਵੱਲੋਂ ਹੁਕਮ ਹੋਇਆ ਹੈ ਕਿ ਮੁਹੰਮਦ ਜ਼ਕਰੀਆ ਆਫਤਾਬ ਦਾ ਨਾਵਲ ਦੇਸ਼ ਨਿਕਾਲਾ ਪੜ੍ਹਿਆ ਜਾਵੇ। ਸੋ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਵੇਗਾ। ਭਾਗ ਪਹਿਲਾ, ਮੁਹੱਬਤ ਦੇ ਸਿਰਨਾਵੇਂ। UNO ਦਾ ਏਜੰਡਾ ਹੈ ਕਿ ਵੱਖ ਵੱਖ ਧਰਮਾਂ ਦੇ ਲੋਕਾਂ ਚੋਂ ਨਫ਼ਰਤ ਦੀ ਖਾਈ ਨੂੰ ਘਟਾ ਕੇ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਕੀਤਾ ਜਾਵੇ ਤਾਂ ਜੋ ਦੁਨੀਆਂ ਤੇ ਲੜਾਈਆਂ ਦੇ ਡਰ ਨੂੰ ਖਤਮ ਕੀਤਾ ਜਾ ਸਕੇ। ਲੜਾਈਆਂ ਮੁਕਾਉਣ ਦਾ ਇੱਕੋ ਹੀ ਤਰੀਕਾ ਹੈ, ਲੋਕਾਂ ਨੂੰ ਇਨਸਾਨੀਅਤ ਦੇ ਪਲੇਟਫਾਰਮ ਤੇ ਇਕੱਠਿਆਂ ਕੀਤਾ ਜਾਵੇ, ਕਿਸੇ ਦੀ ਤਕਲੀਫ ਨੂੰ ਆਪਣੀ ਤਕਲੀਫ ਸਮਝਿਆ ਜਾਵੇ, ਲੋਕਾਂ ਦੇ ਦੁੱਖ ਦਰਦ ਨੂੰ ਵਡਾਇਆ ਜਾਵੇ। ਮੈਂ ਇਸ ਕਿਤਾਬ ਵਿੱਚ ਅਜਿਹੇ ਸਮਾਜ ਦਾ ਨਕਸ਼ਾ ਖਿੱਚਿਆ ਹੈ ਜਿੱਥੇ ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਰਲ ਕੇ ਰਹਿੰਦੇ ਸਨ। ਉਹ ਸਾਰੇ ਲੋਕ ਮੇਰੇ ਪਿੰਡ ਚੱਕ 17 ਵਿੱਚ ਲਗਭਗ ਸਵਾ ਸਦੀ ਰਲ ਕੇ ਰਹਿੰਦੇ ਰਹੇ। ਛੋਟੇ ਮੋਟੇ ਝਗੜੇ ਤਾਂ ਸਕਿਆਂ ਭਰਾਵਾਂ ਵਿੱਚ ਵੀ ਹੋ ਜਾਂਦੇ ਹਨ, ਧਰਮ ਦੇ ਨਾਂ ਤੇ ਕਦੀ ਕੋਈ ਦੰਗਾ ਫਸਾਦ ਨਹੀਂ ਸੀ ਹੋਇਆ। ਹਾਲਾਂਕਿ ਮਨਮੁੱਖ ਲੋਕਾਂ ਨੂੰ ਅਜਿਹਾ ਬੀਜ ਬੀਜਣ ਦਾ ਯਤਨ ਕੀਤਾ, ਪਰ ਗੁਰਮੁਖ ਬੰਦਿਆਂ ਨੇ ਉਹਨਾਂ ਦੀ ਚਾਲ ਨੂੰ ਸਫਲ ਨਾ ਹੋਣ ਦਿੱਤਾ। ਜਦੋਂ ਲੇਖਕ ਨੇ ਬਾਬਾ ਸਫੀ ਮੁਹੰਮਦ ਹੋਰਾਂ ਤੋਂ ਕੋਈ ਸਾਂਝ ਪਿਆਰ ਦੀ ਕਹਾਣੀ ਸੁਣਨੀ ਤਾਂ ਸੋਚਣਾ ਕਿ ਜੇ ਵੱਖ ਵੱਖ ਧਰਮਾਂ ਦੇ ਲੋਕਾਂ ਵਿੱਚ ਇੰਨਾ ਮੋਹ ਪਿਆਰ ਸੀ ਤਾਂ ਦੇਸ਼ ਦੀ ਵੰਡ ਕਿਉਂ ਹੋਈ? ਇਸ ਦਾ ਜਵਾਬ ਮੈਨੂੰ ਗੁਰੂ ਨਾਨਕ ਜੀ ਦੇ ਕਲਾਮ ਵਿੱਚੋਂ ਮਿਲ ਗਿਆ ਕਿ ਇਸ ਸਾਂਝ ਨੂੰ ਤੋੜਨ ਵਾਲੇ ਵੀ ਮਨਮੁੱਖ ਲੋਕ ਹੀ ਸਨ। ਬਾਦਸ਼ਾਹਾਂ ਦੀ ਮਾਰ ਧਾੜ ਤਾਂ ਬੜੇ ਲੋਕਾਂ ਨੇ ਲਿਖੀ ਹੈ, ਇਸ ਤੋਂ ਹਟ ਕੇ ਰਾਜਿਆਂ ਮਹਾਰਾਜਿਆਂ ਬਾਰੇ ਵੀ ਬੜਾ ਕੁਝ ਲਿਖਿਆ ਜਾ ਚੁੱਕਾ ਹੈ, ਪਰ ਆਮ ਸਮਾਜ ਦਾ ਇਤਿਹਾਸ ਲਿਖਣਾ ਬਹੁਤ ਘੱਟ ਲੋਕਾਂ ਨੂੰ ਨਸੀਬ ਹੋਇਆ ਹੈ। ਜਦੋਂ ਤੱਕ ਆਮ ਸਮਾਜ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ ਉਦੋਂ ਤੱਕ ਨਫ਼ਰਤਾਂ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਇਸ ਕਿਤਾਬ ਦੇ ਸਾਰੇ ਕਿਰਦਾਰ ਅਸਲੀ ਹਨ, ਕੋਈ ਵੀ ਮਨ ਘੜਤ ਨਹੀਂ, ਹੋਈ ਬੀਤੀ ਨੂੰ ਉਸੇ ਰੰਗ ਵਿੱਚ ਉਲੀਕਿਆ ਹੈ। ਬਾਬਾ ਸਫੀ ਮੁਹੰਮਦ ਤੋਂ ਇਲਾਵਾ ਅਜੇ ਹੋਰ ਬਜ਼ੁਰਗ ਹਸਤੀਆਂ ਵੀ ਮੌਜੂਦ ਹਨ ਜਿਨ੍ਹਾਂ ਨੇ ਇੱਕ ਇੱਕ ਅੱਖਰ ਦੀ ਤਸਦੀਕ ਕੀਤੀ ਹੈ। ਅੱਜ ਵੀ ਉਹਨਾਂ ਨੂੰ ਯਾਦ ਕਰਕੇ ਕਈਆਂ ਦੀਆਂ ਅੱਖਾਂ ਚੋਂ ਹੰਝੂ ਘਿਰ ਪੈਂਦੇ ਹਨ। ਸਾਂਝ ਪਿਆਰ ਦੇ ਮੋਤੀਆਂ ਨੂੰ ਲੇਖਕ ਨੇ ਅੱਖਰਾਂ ਦਾ ਰੂਪ ਦੇ ਕੇ ਅਮਰ ਕਰਨ ਦਾ ਪੂਰਾ ਯਤਨ ਕੀਤਾ ਹੈ। ਸ਼ਾਇਦ ਪਾਠਕਾਂ ਨੂੰ ਵੀ ਸਾਂਝ ਪਿਆਰ ਦੇ ਸੁੱਚੇ ਮੋਤੀ ਪਸੰਦ ਆਉਣ। ਭਾਗ ਦੂਜਾ, ਬੁੱਝੇ ਸ਼ਿਵੇ ਬਲਦੀਆਂ ਯਾਦਾਂ। ਅੱਜ ਜੇਠ ਦੀ 28 ਤਰੀਕ ਸੀ। ਗਰਮੀ ਪੂਰੀ ਤਰ੍ਹਾਂ ਜਵਾਨ ਹੋ ਚੁੱਕੀ ਸੀ, ਦੂਰੋਂ ਪੱਠ ਲਾਉਂਦੇ ਨਜ਼ਰ ਆ ਰਹੇ ਸਨ। ਪਰਿੰਦੇ ਆਪਣੇ ਆਪਣੇ ਆਲ੍ਹਣਿਆਂ ਵਿੱਚ ਲੁਕੇ ਬੈਠੇ ਸਨ। ਪਸ਼ੂ ਰੁੱਖਾਂ ਦੀ ਠੰਡੀ ਛਾਂ ਥੱਲੇ ਬੈਠ ਕੇ ਜੀਭਾਂ ਕੱਢੀ ਕਰਕਦੇ ਪਏ ਸਨ। ਪਿੰਡ ਦੀ ਮਸੀਤ ਦੇ ਲਾਊਡ ਸਪੀਕਰ 'ਚੋਂ ਆਵਾਜ਼ ਆਈ। ਮੌਲਵੀ ਸਾਹਿਬ ਨੇ ਐਲਾਨ ਕੀਤਾ ਕਿ 3 ਵਜੇ ਕਰਮਦੀਨ ਦੀ ਨਮਾਜ਼ੋ ਜਨਾਜ਼ਾ ਪਿੰਡ ਦੀ ਜਨਾਜ਼ਗਾਹ ਵਿੱਚ ਪੜ੍ਹੀ ਜਾਵੇਗੀ। ਸਾਰੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਇਸ ਨੇਕ ਕੰਮ ਵਿੱਚ ਹਿੱਸਾ ਲੈਣਾ। ਵੇਖਾ ਵੇਖੀ ਦੂਜੀਆਂ ਮਸੀਤਾਂ ਦੇ ਮੌਲਵੀਆਂ ਨੇ ਵੀ ਆਪਣੀ ਨਮਕ ਹਲਾਲੀ ਦਾ ਸਬੂਤ ਪੇਸ਼ ਕੀਤਾ। ਆਪਣੀਆਂ ਆਪਣੀਆਂ ਮਸੀਤਾਂ ਦੇ ਲਾਊਡ ਸਪੀਕਰ ਖੋਲ੍ਹ ਕੇ ਜਨਾਜ਼ੇ ਦੇ ਐਲਾਨ ਨੂੰ ਦੁਹਰਾ ਦਿੱਤਾ। ਸਾਰੇ ਫਿਰਕਿਆਂ ਦੇ ਮੌਲਵੀ ਮੇਰੇ ਹੋਸ਼ ਸੰਭਾਲਣ ਦੀ ਉਮਰ 'ਚ ਕਦੇ ਵੀ ਕਿਸੇ ਜਨਾਜ਼ੇ ਵਿੱਚ ਇਕੱਠੇ ਨਹੀਂ ਹੋਏ। ਸਿਰਫ ਉਸ ਫਿਰਕੇ ਦਾ ਮੌਲਵੀ ਹੀ ਜਨਾਜ਼ਾ ਪੜ੍ਹਦਾ ਹੈ ਜਿਸ ਫਿਰਕੇ ਦਾ ਬੰਦਾ ਮਰਿਆ ਹੋਵੇ। ਘਰ ਵਾਲੇ ਵੀ ਕਿਸੇ ਹੋਰ ਮੌਲਵੀ ਤੋਂ ਇਹ ਫਰਜ਼ ਅਦਾ ਕਰਾਉਣ ਨੂੰ ਸ਼ਾਇਦ ਗੁਨਾਹ ਸਮਝਦੇ ਨੇ। ਦੂਜੇ ਫਿਰਕੇ ਦਾ ਮੌਲਵੀ ਜਨਾਜ਼ੇ ਵਿੱਚ ਸ਼ਿਰਕਤ ਕਰਨ ਨੂੰ ਆਪਣੇ ਧਰਮ ਵਿਰੁੱਧ ਮੰਨਦਾ ਹੈ। ਦੀਨ ਨਬੀ ਦਾ ਵਿਗਾੜ ਦਿੱਤਾ, ਦਿਹਾੜੀਦਾਰ ਮੁੱਲਾਂ ਇਸਲਾਮ ਦੀ ਇਕੱਤਰਤਾ ਕੀਤੀ ਤਾਰ ਮੁੱਲਾਂ। ਕਿਸੇ ਬੰਦੇ ਵਿੱਚ ਭਾਵੇਂ ਦੁਨੀਆਂ ਭਰ ਦੀਆਂ ਬੁਰਾਈਆਂ ਹੋਣ, ਧਰਮ ਦੇ ਭਾਵੇਂ ਕਿਸੇ ਵੀ ਹੁਕਮ 'ਤੇ ਅਮਲ ਨਾ ਕਰਦਾ ਹੋਵੇ, ਪਰ ਮੌਲਵੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਬਸ ਮੌਲਵੀ ਦੀ ਜੇਬ ਗਰਮ ਗਰਮ ਦੇਵੋ, ਫਿਰ ਚਾਹੇ ਕਿਸੇ ਕਾਫਰ ਦਾ ਕਸੀਦਾ ਪੜਵਾ ਲਵੋ। ਇੰਝ ਸਮਝ ਲਓ ਜਿਵੇਂ ਪਿੰਡ ਵਿੱਚ ਤਰਖਾਣਾ, ਲੁਹਾਰਾਂ ਅਤੇ ਮੋਚੀਆਂ ਦਾ ਕੰਮ ਕਰਨ ਵਾਲਿਆਂ ਦੇ ਜ਼ਿਮੀਂਦਾਰ ਸੇਪੀ ਹੁੰਦੇ ਹਨ ਸਨ, ਇਸੇ ਤਰ੍ਹਾਂ ਮੌਲਵੀਆਂ ਦੀ ਵੀ ਸੇਪੀ ਹੀ ਹੈ। ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਸੇਪੀ ਕੋਈ ਹੋਰ ਤੋੜ ਕੇ ਲੈ ਜਾਵੇ। ਜਿਸ ਤਰ੍ਹਾਂ ਸਿਆਸਤਦਾਨ ਕਿਸੇ ਵੀ ਪ੍ਰੋਗਰਾਮ ਵਿੱਚ ਕਦੇ ਸਮੇਂ 'ਤੇ ਨਹੀਂ ਆਏ, ਇਸੇ ਤਰ੍ਹਾਂ ਜਨਾਜ਼ੇ ਦਾ ਵਕਤ 3 ਵਜੇ ਦਾ ਰੱਖਿਆ ਗਿਆ ਸੀ, ਪਰ ਪੜਿਆ 3:30 ਵਜੇ ਗਿਆ।
जनाजे तो वेले हो के जेड़े ज्यादा काले सन ओ जनाजगाह तो ही वापस परत आए। थोड़े जहे लोग रह गए जेड़े बाबे करमदीन की मैयत नूं मोढ़ा देख के कब्रस्तान अंदर लै आए। तीन चार जवान बाबे करमदीन नूं कबर विच उतारन की तैयारी करन लगे ते बाकी दे इधर उधर रुखां दी छावें जा बैठे। मैं भी थोड़े जहे फासले ते एक दरख्त की संघनी छां हेठां जा बैठा। मेरे कोल बाबा शफी मुहम्मद खलोता सी। पता नहीं उसनू की सूझी और पहाड़ तो दक्षण वल 75 फुट जा के पिछे मुड़िया आ रहा सी ते अपने ना आप नाल गल्लां कर रहा सी। पहला तो मैं समझिया कि शायद उम्र ज्यादा हो गई है इसलिए बुड़बुड़ा रहा है, पर जदों उसने मेरे कोल खलो के कहा कि यह जमीन यह जमीनी फासला तो अज तो 63 वरे पहला भी 25 करमा सी ते अज भी 25 करमा ही है, पर जुदाइया का फासला हर दिन वधदा ही जा रहा है। मैं बाबे कोलों पुछया, बाबा जी केड़ियां जुदाइया दी केड़े फासले की गल करते हो? बाबे ने हौका भर के कहा, पुत्रा तैनू की पता, तू तो हाले कल का मुंडा है। ये जिहड़ा फासला मैं मिण के आ रहा हाँ, इत्थे मेरे प्यारे मित्र सरदार किरपाल सिंह गागड़ीए दे प्यो दा सिवा बलिया सी। मैं भी अर्थी दे नाल आया सी। मैं कि उदों सारा पिंड ही जनाजे अर्थियां नाल आउंदा हुंदा सी। हिंदू मुसलमान सिख सारियां दा आपस विच बहुत प्यार सी। साडे विचकार कदे भी धर्मां ने अड़िका नहीं खड़ा कीता सी। मैं कहा, बाबा जी तुसीं कहिंदे हो कि इस दरख्त तों 25 करमां दूर किरपाल सिंह होरां दे बापू जगीर सिंह दे शिवे वाली थां है, पर तुसी तां नेड़े मुड़ आए हो। बाबे शफी मुहम्मद ने सज्जे हथ नाल इशारा करदिआं कहा, ओ जंड दा रुख इत्थों 15 करमां दूर है ते उस तों ठीक 10 करमां अगे ओ थां है। बाबे ने अपनी गल जारी रखदिआं कहा, इह सिवे कदों दे ठंडे हो चुके हन, पर मेरे दिल विच जुदाइयां दे जेड़े भांबड़ बल रहे हन, इन्हां ने कदे मैनू चैन नाल नहीं बैठन दिता। उधर बाबे करमदीन नूं कबर विच उतार दिता गया। कबर उत्ते सीमेंट दियां सैलाबां रखदा होया एक बंदा बोलिया, आ जाओ भाई, जिसने मिट्टी पाउणी है आ के पा लवो। मरन वाले नाल जिन्ना जिन्ना किसी नूं प्यार सी उस हिसाब नाल उसने मिट्टी पाउणी शुरू कर दिती। कोई तीन बुक मिट्टी पा के हाथ झाड़ के परा हो गया ते कई बंदे हाथ बदल के वारो वारी कबर पूरी होण तक कईयां नाल मिट्टी पाउंदे रहे। जदों कबर तैयार हो गई तां मरन वाले दे पुत्तर ने कबर ते पानी तरौं के कहा, मौलवी जी आ जाओ दुआ करो। मौलवी वल वेख के दूजिआं ने भी हाथ चुक लए। मौलवी मरन वाले की हैसीयत वेख के दुआ मंगदे ने। जे मरन वाला चंगे पैसे वाला होवे तो दुआ भी लंबी मंगते ने, नहीं तो चार अखर पढ़ के मुंह ते हाथ फेर के अपनी राह लेंदे ने। इत्थे भी मौलवी ने छोटी दुआ मंगनी ही ठीक समझी। सुल्तान बाहू होरां ने ठीक ही फुरमाया है, जिथे वेखण चंगा चोखा उत्थे पढ़न कलाम सिवाई हू। दुआ मंगण तो बाद बाकी लोग तां पिंड नूं चले गए, पर मैं ते बाबा शफी मुहम्मद फिर पुरानियां यादां ताजियां कर लई उसे दरख्त थले जा बैठे जिथे थोड़ी देर पहला बाबा अपने मित्र किरपाल सिंह बारे अपनी मुहब्बत दा प्रगटावा कर रहा सी। बाबे ने फिर लड़ी जोड़ी ते कुछ दूर इशारा करदिआं कहा, पुत्रा ये जेड़े रुख नज़र आ रहे ने ओ जंड ते निम बेरी ए रुख भी साड़ी सांझ दी निशानी ने। ए कब्रस्तान अते सिवे भी साड़े सांझे सन। ओ वड्डा पिपल दा बिरशे ना, एदी थां थले पूरियां गर्मियां असी इकट्ठियां गुजारदे सां। आजादी जेड़ी बाद विच बर्बादी बन गई दे नारे भी इकट्ठे ही लाउंदे सां। मैनू पहली बार पता लगा कि कब्रस्तान दा अध सिव्यां दा हिस्सा है, जिहड़ा अजकल ईसाइयां ने अपनियां कबरां वास्ते मल्लिया होया है। थोड़े जहे हिस्से विच मुसलमाना दियां कबरां हन। मैं कहा, बाबा जी 63 साल गुजर गए ने, तुहानू अज एक दूजे तो विछड़िया, तुसी अजे तक अपने मित्रां नू भुले नहीं। बाबा जी ने मेरे सवाल का जवाब कुछ इस तरह दिता, बुझे शिवे पर दिल विच यादां बलदियां ने, मैं लख बजाउंदा पर ये होर वधेरे जलदियां ने। भावें 63 साल का
लम्मा वक्त विहाया है पर मैनू ये गल्लां लगदियां कल दियां ने। इकट्ठियां जेड़े वक्त गुजारे वो भुलदे नहीं, बाज प्यारियां यह सावां औखियां चलदियां ने। सिमियां दी सवाह तां भावें वेले दे तूफाना ने उड़ा दित्ती है, सिमियां दी लाली उत्ते वक्त दी तूड़ जम चुकी है, पर मेरे दिल दी जमीन ते जुदाई दा जेड़ा जख्म है वह कदे नहीं पूरा होना। बाबे ने लम्मा साह परदियां किया। इस दे नाल ही उसने हिजर विछोड़े दी एक कविता पढ़ी। जिस दिन दा तू विछड़िया, जिस दिन दा तू विछड़िया, होठां तो मुस्कान गई, इंज लगदा ए जुस्से चो जिवें जान गई। पल पल तेरी याद सतावे, एक पल चैन न आवे, खाना पीना भुला मैनू, हासा मूल न आवे। रुत्तां बदलियां ना बदली हालत दिल दी, रुत्तां बदलियां ना बदली हालत दिल दी, याद तेरी जख्म हर वेले दिल ते छिलदी। पढ़न सुनन वाले की जानन दर्द जुदाइयां, जाके पुछ उन्हां थी पेश जिन्हां दे आईयां। इकला रुख उजाड़ा दे विच हर दम डोले, सहिंदा चुप चपीते मूहों कुछ ना बोले। अल्ला जाने केड़े रंग विच वसदा वाही, मुदतां होईयां उसदी खबर कोई ना आई। दिल विच वसण वाले खौरे केड़े देस सिधाए, केड़ी गल्लों रुसे परत के फिर ना आए, केड़ी गल्लों रुसे परत के फिर ना आए। कविता पढ़न तों बाद बाबे सफी मुहम्मद दा चेहरा उस तपस्वी वांग शांत सी जिस नूं उसदी तपस्या दा फल मिल गया होवे। भखदी गर्मी विच उसदा वजूद ठंडा सीत हो गया सी। बाबे नूं चुप वेख के मैं सवाल कीता, किरपाल सिंह इकला ही सी जां उसदा कोई होर भरा भी इत्थे रहिंदा सी, पिंड विच उन्हां दा घर कित्थे सी। बाबे ने कहा, हुण तूं चुप कर जा, मैं तैनूं सारी कहानी सुणाउंदा हां। मेरा प्यो झंडा इस पिंड विच आके आबाद होया सी। असी इत्थे कपड़ा उणन दा कम करदे सां। उन्नी दिनी सरदार जगदी जगीर सिंह ने भी इत्थों दे रकबा मुरब्बा खरीद लिया। उन्हां दा पिछला पिंड कसूर नेड़े गगड़ सी, इस लई इत्थे उह गागड़ीए दे नां नाल मशहूर हो गए। जिथे तेरे नानके मुहम्मद हुसैन के भारत चों आए आबाद होए ने, यह हवेली उन्हां दी सी। जगीर सिंह होरां दे चार पुत्र सन, किरपाल सिंह गागड़िया, इंद्र सिंह गागड़िया, अर्जन सिंह गागड़िया ते प्यारा सिंह गागड़िया। वड्डा पुत्र लगभग 200, वड्डा पुत्र वड्डा पुत्र प्यार सिंह गागड़िया लगभग मेरा हाणी सी। साढ़े अते उन्हां दे घर दा लगभग 200 फुट दा फासला सी। असी रात नूं काम काज तों वेले हो के महफलां सजाउणियां ते लुकण मीटी खेडणा। उदों पिंडां विच अखबार रेडियो वगैरा दा ना किसी नूं वी पता नहीं सी। कोई बंदा शहर जांदा ते ओह आ के दसदा कि देश आजाद हो रहा है, अंग्रेज बड़ी छेती देश छड्ड के चले जाणगे ते फिर असी आजाद हो जावांगे। 1940 तों बाद यह भी सुनन लग पए कि मुसलमाना लई वक्खरे देश की मंग जोर फड़ रही है। बाबे ने बीते दियां यादां नूं कुरेदियां, जिवें जिवें पाकिस्तान की मंग जोर फड़दी गई, मुसलमाना हिंदुआं ते सिखां दे मनां विच अणगिठा जिहा डर जन्म लैण लग पिया। उंज एक दूजे नाल मिल वरतण विच कोई फर्क ना आया, पर अंदरों अंदरी एक दूजे नूं शक दियां नज़रां नाल वेखण लग पए। बाबे ने फिर धरती तों डक्का चुक के तोड़द्या कहा, पुत्रा जदों मुल्क टुटदे ने तां बेगुनाह इंसानां दा कतलेआम हुंदा है। वड्डे वड्डे जगीरदार एक वक्त दी रोटी नूं तरस जांदे ने। मैं अपनियां इन्हां अखां नाल ओह लाशां वेखियां हन जिन्हां नूं ना तां कबरां नसीब होईआं ते ना सिवे दी अग ही, पर इन्हां समाज दे चौधरीआं नूं कौण समझाए। इस दे नाल ही बाबे दियां बुढ़ियां अखां चों हंझुआं दी झड़ी लग पई। बाबे दियां हंझां अखां चों हंझू किरदे रहे ते चारे पासे खमोशी छा गई। थोड़ी देर बाद चुप तोड़द्या मैं बाबे नूं कहा, बाबा जी साडी तां मजबूरी है, सानू भारत दा वीजा नहीं मिलदा क्योंकि उधर साडा कोई रिश्तेदार नहीं। इंसानियत दे भावें लख रिश्ते होण, उहनां नूं कोई कानून नहीं मनदा, पर उह तां इधर यात्रा दे वीजे ते वी आ सकदे ने। कि ओ तुहानू कदे मिलन आए ने? बाबे ने आख्या, आहो पुत्रा, ओह पाकिस्तान बनन तों बाद दो वारी इत्थे आए सन। पहली वार किसे काम
संत सिंह दे पुत्तर कश्मीर सिंह ते उन्हां दे रिश्तेदारां नाल किरपाल सिंह ते होर मित्र आए सन। मैं गल नूं टोकदिआं कहा, बाबा जी जिहड़ा जलंधरियां दे वेहड़े वाला कश्मीर सिंह नथैया सी आहो पुत्रा, उन्हां दा पिछला पिंड नथे भाई फेरू दे नेड़े सी। मैं गल दा निचोड़ कढ़णा चाहुंदा सी, इस तों पहलां वी मैं एक वाके बारे सुन चुकिआ सां, पर मैं बाबे तों तसदीक करवाउणा चाहुंदा सां। कहिंदे ने कश्मीर सिंह दे परिवार दे इक नवाब दीन नामी तरखान नाल बड़े चंगे संबंध सन। कश्मीर सिंह होरी जदों हिजरत करन लगे तां उन्हां कुछ सोना चांदी अमानत दे तौर ते नवाब दीन दे घर रख दिता। जदों ओ अपनी रखी हुई अमानत कुछ समय बाद वापस लैण आए तां नवाब दीन मुकर गया, झूठी सहुं खा के अमानत हजम कर गया। इस तरह कश्मीर सिंह ते उस दे साथी खाली हथ वापस चले गए। एक दिन मिस्त्री मुहम्मद हनीफ ने गल सुनाई कि एक दिन बदरदीन नवाब दीन कोल आया, वह भी तरखाण का काम करता सी, किसी के मकान की छत पौनी सी। वह नवाब दीन नूं कहन लगा कि फलाने के मकान की छत पौनी है, तू मेरे नाल चल, अपनी मजदूरी लै ली। अगों नवाब दीन ने कहा, बदर तैनू पता है कि मैं कदे दिहाड़ी नहीं कीती। बदरदीन दी बुढ़ापे कारण कमर चुक गई सी ते ओ कुब्बा हो के हथ पिछे रख के तुरदा सी। ओ तुरिया जांदा सी ते नाले कहिंदा जांदा सी, साडे कोल भी कोई माल रख जांदा तां असी अज दिहाड़ियां भी ना करदे, दवानी दवानी दी दिहाड़ी साडे नाल करदा सी, अज कहिंदा मैं कदे दिहाड़ी नहीं कीती। बाबे सफी मुहम्मद दा इशारा भी इस पासे सी। मैं इत्थे एक होर सच्चा वाकया दर्ज करना चाहुंदा वां। यह वाकया मैनू भारत तों हिजरत करके आउण वाले एक बाबे मुहम्मद खां ने सुनाया सी। बाबे ने दसिया, जदों असीं हिजरत करन लगे तां साडे कोल 22 सेर चांदी सी, उसनू असीं एक हिंदू लुहार कोल रख आए कि जदों हालात चंगे होए असीं आके लै जावांगे। उसने सानू बड़े सुनेहे कले के अपनी अमानत लै जाओ, पर साढ़े कोलों पुज्या ना गया। आखिर असी थक हार के उसनू सुनेहा कल दिता कि असी अपनी अमानत लैण नहीं आ सकते, ये तेरे ते हलाल है। उस गदर विच पता नहीं किन्या दे ईमान डोले, केड़िया केड़िया छपड़िया छपड़ बन गई ते केड़े छपड़ छपड़िया बन गए। मैं बाबे सफी मुहम्मद नू पुछिया, मैं सुनिया है कि कई साल पहला तुहानू किरपाल सिंह गागड़िया ते उन्हां दे परिवार वाले मिलन आए सन, पर तुसी घर नहीं सी। आहो पुत्रा, वो आए सन पर मैं उस दिन महताब खान दे चाली सी। दिनां ते गया होया सां, मेरी उन्हां नाल मुलाकात ना हो सकी। ਉਹ ਨਨਕਾਣਾ ਸਾਹਿਬ ਤੋਂ ਸਿੱਧਾ ਚੱਕ 17 ਵਿੱਚ ਆਏ ਸਨ, ਉਹਨਾਂ ਕੋਲ ਇੱਥੇ ਆਉਣ ਦਾ ਵੀਜ਼ਾ ਨਹੀਂ ਸੀ। ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਚੋਰੀ ਛੁਪੇ ਇੱਥੇ ਆਏ ਸਨ ਅਤੇ ਉਹ ਵੀ ਛੇਤੀ ਛੇਤੀ ਪਿਛਾਂ ਮੁੜ ਗਏ। ਮੇਰੇ ਘਰਦਿਆਂ ਨੇ ਮੇਰੇ ਪਿੱਛੇ ਬੰਦਾ ਵੀ ਘੱਲਿਆ ਸੀ, ਪਰ ਮੇਰੇ ਆਉਣ ਤੋਂ ਪਹਿਲਾਂ ਹੀ ਉਹ ਜਾ ਚੁੱਕੇ ਸਨ। ਮੇਜੇ ਮਸੀਹ ਦੇ ਵੀ ਉਹ ਮਿੱਤਰ ਸਨ, ਪਰ ਮੇਜਾ ਵੀ ਉਸ ਦਿਨ ਪਿੰਡੋਂ ਬਾਹਰ ਗਿਆ ਹੋਇਆ ਸੀ। ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੰਦਭਾਗਾ ਦਿਨ ਸੀ ਕਿ ਮਿੱਤਰ ਸਾਲਾਂ ਪਿੱਛੋਂ ਆਏ ਅਤੇ ਮੁਲਾਕਾਤ ਨਾ ਹੋ ਸਕੀ। ਮੇਰੇ ਨਾਲ ਤਾਂ ਉਸ ਤਰ੍ਹਾਂ ਹੋਈ ਜਿਵੇਂ ਹਜ਼ਰਤ ਮੁਹੰਮਦ ਸਾਹਿਬ ਨੂੰ ਹਜ਼ਰਤ ਅਵੈਸ਼ ਕਰਨੀ ਮਿਲਣ ਗਿਆ ਸੀ, ਪਰ ਅੱਗੋਂ ਨਬੀ ਕਰੀਮ ਕਿਧਰੇ ਗਏ ਹੋਏ ਸਨ। ਪਿੱਛੋਂ ਅਵੈਸ਼ ਕਰਨੀ ਹੋਰਾਂ ਨੂੰ ਮਾਂ ਦਾ ਹੁਕਮ ਸੀ ਕਿ ਨਬੀ ਰਹਿਮਤ ਘਰ ਮਿਲ ਜਾਣ ਤਾਂ ਠੀਕ ਹੈ, ਵਰਨਾ ਉੱਥੇ ਰੁਕੀ ਨਾ, ਕਿਉਂਕਿ ਤੇਰੇ ਇਲਾਵਾ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ। ਅਵੈਸ਼ ਕਰਨੀ ਮਿਲੇ ਬਗੈਰ ਹੀ ਵਾਪਸ ਚਲਾ ਗਿਆ ਸੀ। ਫਿਰ ਸਾਰੀ ਜ਼ਿੰਦਗੀ ਉਹਨਾਂ ਦੀ ਮੁਲਾਕਾਤ ਨਾ ਹੋ ਸਕੀ, ਪਰ ਮੈਂ ਤਾਂ ਸੋਹਣੇ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਸਾਨੂੰ ਇੱਕ ਵਾਰ ਜ਼ਰੂਰ ਮਿਲੇ, ਜੇ ਉਹ ਲੇਖ ਪੜ੍ਹਨ ਤਾਂ ਜ਼ਰੂਰੀ ਰਾਬਤਾ ਕਰਨ। ਬਾਗ ਬਹਾਰਾਂ ਅਤੇ ਗੁਲਜ਼ਾਰਾਂ ਬਿਨ ਯਾਰਾਂ ਕਿਸਕਾਰੀ, ਯਾਰ ਮਿਲਣ ਦੁੱਖ ਕੱਟੇ ਜਾਵਣ, ਫਜ਼ਲ ਕਰੇ ਰੱਬ ਵਾਰੀ। ਅਗਲਾ ਭਾਗ, ਜੋਗਾ ਸਿੰਘ ਜੇ ਕਿਤੇ ਸੁਣਦਾ ਹੋਵੇ। ਵੰਡ ਦੀ ਹਨੇਰੀ ਨੇ ਕਿੰਨੇ ਹੀ ਆਲੜਿਆਂ 'ਚੋਂ ਬੋਟਾਂ ਨੂੰ ਚੁੱਕ ਕੇ ਸਮੇਂ ਦੇ ਅਜਿਹੇ ਡੂੰਘੇ ਸਮੁੰਦਰਾਂ ਵਿੱਚ ਸੁੱਟਿਆ ਕਿ ਉਹਨਾਂ ਦੀ ਜ਼ਿੰਦਗੀ ਦੀ ਮੰਜ਼ਿਲ ਹੌਕਿਆਂ ਦੀ ਉਡਾਰੀ ਬਣ ਗਈ। ਬੋਟ ਹਾਲੇ ਵੀ ਉਸ ਆਲੜੇ ਨੂੰ
ਲੱਭ ਰਹੇ ਨੇ ਜਿਸ ਵਿੱਚ ਬੈਠ ਕੇ ਉਹਨਾਂ ਨੇ ਮਾਂ ਦੇ ਮੂੰਹੋਂ ਪਹਿਲਾ ਚੋਗ ਚੁਗਿਆ ਸੀ। ਚੱਕ ਨੰਬਰ 17 ਵਿੱਚ ਪੰਜਾਬ ਦੇ ਹਰ ਪਿੰਡ ਵਾਂਗ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਅੱਖਾਂ ਦੇ ਕੋਇਆਂ 'ਚੋਂ ਅੱਥਰੂ ਸਿੰਮ ਪੈਂਦੇ ਹਨ। ਜੋਗਿੰਦਰ ਮਸੀਹ ਦੀ ਕਹਾਣੀ ਵੀ ਬੜੀ ਦੁੱਖ ਭਰੀ ਹੈ, ਪਰ ਇਸ ਨੂੰ ਮਹਿਸੂਸ ਉਹੀ ਕਰ ਸਕਦਾ ਹੈ ਜਿਸ ਦੇ ਸੀਨੇ ਵਿੱਚ ਜੁਦਾਈ ਦਾ ਕੋਈ ਜ਼ਖਮ ਰਿਸ ਰਿਹਾ ਹੋਵੇ। ਜੋਗਿੰਦਰ ਦੇ ਦਾਦੇ ਦਾ ਨਾਂ ਨਾਦਰ ਸਿੰਘ ਸੀ। ਨਾਦਰ ਸਿੰਘ ਦੇ 3 ਪੁੱਤਰ ਭਾਗ ਸਿੰਘ, ਜੋਗਾ ਸਿੰਘ ਅਤੇ ਕਰਮ ਸਿੰਘ ਸਨ। ਨਾਦਰ ਸਿੰਘ ਦਾ ਪਰਿਵਾਰ ਭੂਨੀਕੇ ਤੋਂ 6-7 ਕਿਲੋਮੀਟਰ ਪਹਾੜ ਵਾਲੇ ਪਾਸੇ ਸੰਧੂਆਂ ਪਿੰਡ ਦਾ ਰਹਿਣ ਵਾਲਾ ਸੀ। ਭੂਨੀਕੇ, ਰੋਡੇ, ਬਹਿੜਵਾਲ, ਕਾਹਨ ਸਿੰਘ ਵਾਲਾ, ਜੱਜਾ, ਸਰਾਏ, ਮੁਗਲ ਇਹ ਸਾਰੇ ਪਿੰਡ ਨਾਲ ਨਾਲ ਹਨ। ਪਹਿਲਾਂ ਇਹਨਾਂ ਨੂੰ ਤਹਿਸੀਲ ਚੁਣੀਆਂ ਲੱਗਦੀ ਸੀ, ਪਰ ਹੁਣ ਇਹ ਸਾਰਾ ਇਲਾਕਾ ਤਹਿਸੀਲ ਪੱਤੋਕੀ, ਜ਼ਿਲ੍ਹਾ ਕਸੂਰ ਵਿੱਚ ਪੈਂਦਾ ਹੈ। ਵੰਡ ਤੋਂ ਕੁਝ ਚਿਰ ਪਹਿਲਾਂ ਨਾਦਰ ਸਿੰਘ ਨੇ ਆਪਣੇ ਵਿਚਕਾਰਲੇ ਪੁੱਤਰ ਜੋਗਾ ਸਿੰਘ ਦਾ ਵਿਆਹ ਚੱਕ ਨੰਬਰ 17 'ਚ ਰਾਬ ਕੌਰ ਨਾਲ ਕੀਤਾ। ਰਾਬ ਕੌਰ ਸੁਹਾਗਣ ਬਣ ਕੇ ਆਪਣੇ ਸਹੁਰੇ ਪਿੰਡ ਸੰਧੂਆਂ ਚਲੀ ਗਈ। ਜੋਗਾ ਸਿੰਘ ਉਸ ਵੇਲੇ ਅੰਗਰੇਜ਼ੀ ਫੌਜ ਵਿੱਚ ਨੌਕਰੀ ਕਰਦਾ ਸੀ। ਜੋਗਾ ਸਿੰਘ 6 ਫੁੱਟ ਦਾ ਕੜੀ ਵਰਗਾ ਜਵਾਨ ਸੀ। ਰਾਬ ਕੌਰ ਨੂੰ ਆਪਣੇ ਪਤੀ ਦੇ ਫੌਜੀ ਹੋਣ 'ਤੇ ਬੜਾ ਮਾਣ ਸੀ। ਜੋਗਿੰਦਰ ਅੱਜ ਵੀ ਛਾਤੀ ਚੌੜੀ ਕਰਕੇ ਕਹਿੰਦਾ ਹੈ ਕਿ ਮੈਂ ਜੋਗਾ ਸਿੰਘ ਫੌਜੀ ਦਾ ਪੁੱਤਰ ਹਾਂ। ਪਰ ਇਹਨਾਂ ਮਾਂ ਪੁੱਤਰਾਂ ਨਾਲ ਤਕਦੀਰ ਨੇ ਬੜਾ ਅਜੀਬ ਤਮਾਸ਼ਾ ਖੇਡਿਆ। ਜਦੋਂ ਮੈਂ ਇਹ ਲੇਖ ਬੁੱਝੇ ਸੀਵੇ ਬਲਦੀਆਂ ਯਾਦਾਂ ਸ਼ੁਰੂ ਕੀਤਾ ਤਾਂ ਪੂਰੇ ਪਿੰਡ ਵਿੱਚ ਧੁੰਮਾਂ ਪੈ ਗਈਆਂ। ਵੰਡ ਤੋਂ ਪਹਿਲਾਂ ਦੀਆਂ ਹੋਈਆਂ ਬੀਤੀਆਂ ਕਿਸੇ ਦੱਬੇ ਹੋਏ ਖਜ਼ਾਨੇ ਵਾਂਗ ਉਛਲ ਕੇ ਬਾਹਰ ਆ ਗਈਆਂ। ਇੱਕ ਦਿਨ ਮੇਰੇ ਮਾਮੇ ਦੇ ਪੁੱਤਰ ਮੌਲਵੀ ਮੁਹੰਮਦ ਅਸਰਫ ਨੇ ਇਸ ਘਟਨਾ ਬਾਰੇ ਦੱਸਿਆ ਕਿ ਵੰਡ ਨੇ ਜੋਗਿੰਦਰ ਅਤੇ ਉਸ ਦੀ ਮਾਂ ਨਾਲ ਕੀ ਜ਼ੁਲਮ ਕਮਾਇਆ ਹੈ। ਫਿਰ ਇੱਕ ਦਿਨ ਸਬੱਬ ਬਣਿਆ ਅਤੇ ਮੈਂ ਅੰਮਾ ਰਾਬੋ ਦੇ ਘਰ ਜਾ ਕੇ ਉਹਨਾਂ ਦੀ ਕਹਾਣੀ ਸੁਣੀ। ਅੰਮਾ ਰਾਬੋ ਅਤੇ ਚੱਕ 17 'ਚ ਗੁਰਮੁਖੀ ਦੇ ਪ੍ਰਚਾਰਕ ਦਿਲ ਮੁਹੰਮਦ ਹੋਰਾਂ ਦੇ ਘਰ ਦੀ ਕੰਧ ਸਾਂਝੀ ਹੈ। ਸਮੇਂ ਦਾ ਗੇੜ ਵੇਖੋ, ਮਾਂ ਰਾਬ ਕੌਰ ਤੋਂ ਰਾਬੋ ਬਣ ਗਈ, ਜੋਗਿੰਦਰ ਸਿੰਘ ਜੋਗਿੰਦਰ ਮਸੀਹ ਬਣ ਗਿਆ ਅਤੇ ਜੋਗਿੰਦਰ ਦੀ ਮਾਸੀ ਦਿਆਲ ਕੌਰ ਦਿਆਲੋ ਬਣ ਗਈ। ਜੋਗਾ ਸਿੰਘ ਦੇ ਰਾਬੋ ਨਾਲ ਵਿਆਹ ਤੋਂ ਬਾਅਦ 1947 ਵਿੱਚ ਜੋਗਿੰਦਰ ਸਿੰਘ ਪੈਦਾ ਹੋਇਆ। ਇਹ ਸਾਲ ਮਾਂ ਪੁੱਤਰ ਵਾਸਤੇ ਦੁੱਖਾਂ ਦੀ ਨਾ ਮੁੱਕਣ ਵਾਲੀ ਰਾਤ ਲੈ ਕੇ ਆਇਆ। ਵੰਡ ਤੋਂ ਬਾਅਦ ਕਦੇ ਜੋਗਾ ਸਿੰਘ ਇਹਨਾਂ ਨੂੰ ਮਿਲਣ ਨਾ ਆਇਆ। ਜੋਗਾ ਸਿੰਘ ਦਾ ਦੂਜਾ ਭਰਾ ਭਾਗ ਸਿੰਘ ਵੰਡ ਤੋਂ ਪਹਿਲਾਂ ਪ੍ਰਲੋਕ ਸਿਧਾਰ ਗਿਆ ਸੀ ਅਤੇ ਤੀਜਾ ਭਰਾ ਕਰਮ ਸਿੰਘ ਵੀ ਭਾਰਤ ਚਲਾ ਗਿਆ, ਪਰ ਜੋਗਿੰਦਰ ਅਤੇ ਉਸ ਦੀ ਮਾਂ ਰਾਬੋ ਜੋਗਾ ਸਿੰਘ ਦੀ ਉਡੀਕ ਕਰਦੇ ਰਹੇ। ਜੋਗਾ ਸਿੰਘ ਨੇ ਪਰਤ ਕੇ ਸੰਧੂਆਂ 'ਚ ਮੁੜ ਫੇਰਾ ਨਾ ਪਾਇਆ ਅਤੇ ਨਾ ਹੀ ਆਪਣੇ ਪੁੱਤਰ ਜਾਂ ਪਤਨੀ ਬਾਰੇ ਜਾਣਨ ਦੀ ਲੋੜ ਮਹਿਸੂਸ ਕੀਤੀ। ਫਿਰ ਮਾਈ ਰਾਬੋ ਆਪਣੇ ਪੁੱਤਰ ਨੂੰ ਲੈ ਕੇ ਚੱਕ 17 ਵਿੱਚ ਆ ਗਈ। ਚੱਕ ਨੰਬਰ 17 ਚੋਂ ਉੱਜੜ ਕੇ ਜਾਣ ਵਾਲੇ ਸਿੱਖ ਘਰਾਣਿਆਂ 'ਚੋਂ 1960 'ਚ ਕੋਈ ਪਰਤ ਕੇ ਆਇਆ ਤਾਂ ਉਸਨੇ ਦੱਸਿਆ ਕਿ ਜੋਗਾ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਹੈ। ਉਹ ਹੁਣ ਪਟਿਆਲਾ ਨੇੜੇ ਧੂਰੀ ਮਾਜਰਾ 'ਚ ਰਹਿੰਦਾ ਹੈ। 1961 ਜੋਗਿੰਦਰ ਸਿੰਘ ਦੇ ਪਿਤਾ ਨੇ ਆਪਣੀ ਪਤਨੀ ਨੂੰ ਚਿੱਠੀ ਲਿਖੀ ਕਿ ਉਹ ਜੋਗਿੰਦਰ ਨੂੰ ਲੈ ਕੇ ਧੂਰੀ ਮਾਜਰੇ ਆ ਜਾਵੇ। ਮਾਈ ਰਾਬੋ ਨੇ ਚਿੱਠੀ ਮਿਲਦਿਆਂ ਸਾਰ ਹੀ ਆਪਣਾ ਅਤੇ ਆਪਣੇ ਭਰਾ ਰੰਗੇ ਦਾ ਪਾਸਪੋਰਟ ਬਣਵਾਇਆ ਅਤੇ ਆਪਣੇ ਪੁੱਤਰ ਨੂੰ ਲੈ ਕੇ ਧੂਰੀ ਮਾਜਰਾ ਚਲੀ ਗਈ। ਅੰਮਾ ਰਾਬੋ ਨੇ ਜਿਹੜਾ 14 ਸਾਲ ਵਿਛੋੜੇ ਦਾ ਮਾਰੂਥਲ ਦਾ ਪੈਂਡਾ ਤੈਅ ਕੀਤਾ ਸੀ ਉਹ ਜੋਗਾ ਸਿੰਘ ਦੇ ਘਰ ਪੁੱਜ ਕੇ ਮੁੱਕਣ ਵਾਲਾ ਸੀ। ਅੰਮਾ ਰਾਬੋ, ਉਸਦਾ ਭਰਾ ਰੰਗਾ ਅਤੇ 14 ਵਰ੍ਹਿਆਂ ਦਾ ਜੋਗਿੰਦਰ ਜਦੋਂ ਧੂਰੀ ਮਾਜਰਾ 'ਚ ਜੋਗਾ ਸਿੰਘ ਦੇ ਬੂਹੇ ਅੱਗੇ ਰਿਕਸ਼ੇ 'ਚੋਂ ਉੱਤਰੇ ਤਾਂ ਅੰਮਾ ਰਾਬੋ ਨੂੰ ਇੰਝ ਲੱਗਾ ਜਿਵੇਂ ਸਾਰੇ ਜਹਾਨ ਦੀ ਦੌਲਤ ਮਿਲ ਗਈ ਹੋਵੇ। ਜੋਗਾ ਸਿੰਘ ਨੇ ਭਾਵੇਂ ਦੂਜਾ ਵਿਆਹ ਕਰਵਾ ਲਿਆ ਸੀ ਪਰ ਅੰਮਾ ਰਾਬੋ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਸੀ। ਜੋਗਾ ਸਿੰਘ ਦੀ ਦੂਜੀ ਪਤਨੀ ਦਾ ਨਾਂ ਬੀਬੀ ਸੀ। ਬੀਬੀ ਦੀ ਕੁੱਖ 'ਚੋਂ ਜੋਗਾ ਸਿੰਘ ਦੀ ਇੱਕ ਧੀ ਗੁਰਚਰਨ ਕੌਰ ਸੀ ਜਿਹੜੀ ਉਦੋਂ 3 ਕੁ ਸਾਲ ਦੀ ਸੀ। ਜੋਗਿੰਦਰ ਦੱਸਦਾ, ਜਦੋਂ ਅਸੀਂ ਬਸਤੀ ਧੂਰੀ ਮਾਜਰਾ ਗਏ ਤਾਂ ਉਨ੍ਹੀਂ ਦਿਨੀ ਮੇਰੀ ਦੂਜੀ ਮਾਂ ਬੀਬੀ ਦੇ ਘਰ ਜੋੜੇ ਪੁੱਤਰ ਹੋਏ ਸਨ। ਉਹਨਾਂ ਦੇ ਹਾਲੇ ਨਾਂ ਨਹੀਂ ਸਨ ਰੱਖੇ। ਜੋਗਿੰਦਰ ਅੰਮਾ ਰਾਬੋ ਦਾ ਭਾਵੇਂ ਇਕੱਲਾ ਪੁੱਤਰ ਹੈ ਪਰ ਉਸਨੇ ਕਦੇ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਿਆ। ਉਹ ਕਹਿੰਦਾ ਹੈ ਕਿ
ਅਸੀਂ ਚਾਰ ਭੈਣ ਭਰਾ ਹਾਂ। ਜੋਗਿੰਦਰ ਆਪਣੀ ਮਾਂ ਅਤੇ ਮਾਮੇ ਨਾਲ ਆਪਣੇ ਪਿਤਾ ਅਤੇ ਚਾਚੇ ਕਰਮ ਸਿੰਘ ਦੇ ਘਰ 3 ਮਹੀਨੇ ਗੁਜ਼ਾਰ ਕੇ ਆਪਣੇ ਘਰ ਪਾਕਿਸਤਾਨ ਵਾਪਸ ਆ ਗਿਆ। ਜੋਗਿੰਦਰ ਦੱਸਦਾ ਹੈ, ਮੇਰੇ ਪਿਤਾ ਅਤੇ ਚਾਚੇ ਨੇ ਸਾਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਡਾ ਉੱਥੇ ਮਨ ਨਾ ਲੱਗਾ। ਜੋਗਿੰਦਰ ਹੋਰਾਂ ਨੂੰ ਆਪਣੇ ਪਿਤਾ ਅਤੇ ਚਾਚੇ ਕੋਲੋਂ ਆਇਆ ਅੱਜ 48 ਸਾਲ ਗੁਜ਼ਰ ਗਏ ਹਨ, ਪਰ ਇਸ ਸਮੇਂ ਵਿੱਚ ਇੱਕ ਵਾਰ ਵੀ ਜੋਗਾ ਸਿੰਘ ਜਾਂ ਕਰਮ ਸਿੰਘ ਨੇ ਆਪਣੇ ਪਿਆਰਿਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਕੋਈ ਅੰਮਾ ਰਾਬੋ ਦੀ ਪਤੀ ਪ੍ਰਸਤੀ ਦੀ ਮਿਸਾਲ ਲਿਖੇਗਾ? ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਲਿਖ ਕੇ ਬਹੁਤ ਨਾਂ ਕਮਾਇਆ, ਪਰ ਅੰਮਾ ਰਾਬੋ ਮੁਹੱਬਤ ਦੀ ਜਿਉਂਦੀ ਜਾਗਦੀ ਤਸਵੀਰ ਹੈ, ਜਿਸਨੇ ਪਤੀ ਦੀ ਬੇਵਫਾਈ ਨੂੰ ਹੱਸ ਕੇ ਗਲ ਨਾਲ ਲਾ ਲਿਆ ਅਤੇ ਨਿੱਕੇ ਜੋਗਿੰਦਰ ਨੂੰ ਗੱਲ ਲਾ ਕੇ ਪਾਕਿਸਤਾਨ ਆ ਗਈ। ਕੌਣ ਜਾਣਦੇ ਕਿ ਰਾਬ ਕੌਰ ਨੇ ਰਾਬੋ ਅੱਲੜ ਮੁਟਿਆਰ ਤੋਂ ਮਾਈ ਰਾਬੋ ਬਣਨ ਤੱਕ ਦਾ ਸਫ਼ਰ ਕਿੰਨੀ ਵਾਰ ਮਰ ਮਰ ਕੇ ਤੈਅ ਕੀਤਾ ਹੋਵੇਗਾ। ਉਸਨੇ ਆਪਣੇ ਸੁਪਨਿਆਂ ਦਾ ਗਲਾ ਘੁੱਟ ਕੇ ਆਪਣੇ ਪੁੱਤਰ ਜੋਗਿੰਦਰ ਦੇ ਆਸਰੇ ਜ਼ਿੰਦਗੀ ਬਿਤਾ ਲਈ। ਜੋਗਿੰਦਰ ਨੇ ਆਪਣੇ ਪਿਤਾ ਦੀ ਜੁਦਾਈ 'ਚ 63 ਸਾਲ ਗੁਜ਼ਾਰੇ ਹਨ। ਪਏ ਵਿਛੋੜੇ ਸਕਿਆਂ ਭੈਣ ਭਰਾਵਾਂ ਖੁਹਾਏ ਪੁੱਤਰ ਆਪਣੇ ਹੱਥੀਂ ਮਾਵਾਂ ਪਿਓ ਪੁੱਤਾਂ ਵਿੱਚ ਕੰਧਾਂ ਨਿਖੜੇ ਭਾਈ ਭਾਈ ਪੈ ਗਈ ਅੰਗਾਂ ਸਾਕਾਂ ਵਿੱਚ ਜੁਦਾਈ। ਸੱਜਣਾ ਨੂੰ ਦੇ ਦਾਗ ਜੁਦਾਈਆਂ ਇੱਕ ਦੂਜੇ ਨੂੰ ਪਰਤਨ ਡਿੱਠਾ ਪਾਈਆਂ। ਕਿਸੇ ਸਮੁੰਦਰੀ ਘੋੜੇ ਦੇ ਮਸਤੂਲ 'ਤੇ ਇੱਕ ਚਿੜੀ ਆ ਕੇ ਬੈਠ ਗਈ। ਖੁੱਲ੍ਹੀ ਹਵਾ 'ਚ ਚਿੜੀ ਨੂੰ ਨੀਂਦ ਆ ਗਈ। ਜਹਾਜ਼ ਨੇ ਲੰਗਰ ਚੁੱਕਿਆ ਅਤੇ ਸਮੁੰਦਰ ਵਿੱਚ ਚਲਾ ਗਿਆ। ਚਿੜੀ ਦੀ ਅੱਖ ਖੁੱਲ੍ਹੀ ਤਾਂ ਆਪਣੇ ਚਾਰ ਚੁਫੇਰੇ ਪਾਣੀ ਵੇਖ ਕੇ ਘਬਰਾ ਗਈ। ਉਸਨੇ ਇੱਧਰ ਉੱਧਰ ਉੱਡਣਾ ਸ਼ੁਰੂ ਕੀਤਾ, ਪਰ ਕਿਧਰੇ ਵੀ ਖੁਸ਼ਕ ਧਰਤੀ ਨਜ਼ਰ ਨਾ ਆਈ। ਥੱਕ ਹਾਰ ਕੇ ਫਿਰ ਮਸਤੂਲ 'ਤੇ ਬਹਿ ਗਈ ਅਤੇ ਹਾਲਾਤ ਨਾਲ ਸਮਝੌਤਾ ਕਰ ਲਿਆ। ਜਦੋਂ ਜਹਾਜ਼ ਆਪਣੀ ਮੰਜ਼ਿਲ 'ਤੇ ਪੁੱਜਾ ਤਾਂ ਚਿੜੀ ਉੱਡ ਕੇ ਇੱਕ ਰੁੱਖ 'ਤੇ ਜਾ ਬੈਠੀ ਅਤੇ ਉੱਥੇ ਹੀ ਆਲ੍ਹਣਾ ਪਾ ਕੇ ਆਪਣੀ ਨਵੀਂ ਦੁਨੀਆ ਵਸਾ ਲਈ। ਪਰ ਰਾਬੋ ਅਤੇ ਜੋਗਿੰਦਰ ਆਪਣੀ ਪੁਰਾਣੀ ਦੁਨੀਆ ਨੂੰ ਆਬਾਦ ਕਰਦੇ ਕਰਦੇ ਆਪਣਾ ਸਭ ਕੁਝ ਬਰਬਾਦ ਕਰ ਬੈਠੇ ਸਨ। ਇਹਨਾਂ 63 ਵਰ੍ਹਿਆਂ 'ਚ ਰਾਬੋ ਕਿੰਨੀ ਵਾਰ ਉਡੀਕਦੀ ਸੂਲੀ 'ਤੇ ਲਟਕੀ ਹੋਵੇਗੀ? ਕਿੰਨੇ ਸੁਪਨਿਆਂ ਦਾ ਖੂਨ ਆਪਣੇ ਹੱਥਾਂ ਨਾਲ ਕੀਤਾ ਹੋਵੇਗਾ? ਜੋਗਾ ਸਿੰਘ ਨੇ ਆਪਣਾ ਨਵਾਂ ਘਰ ਵਸਾਉਣ ਲੱਗਿਆਂ ਆਪਣੀ ਪਤਨੀ ਅਤੇ ਪੁੱਤਰ ਨੂੰ ਬਿਲਕੁਲ ਹੀ ਭੁਲਾ ਦਿੱਤਾ। ਵਿਛੋੜਾ ਤਾਂ ਹਜ਼ਰਤ ਯਾਕੂਬ ਅਤੇ ਹਜ਼ਰਤ ਯੂਸਫ 'ਚ ਵੀ ਪਿਆ ਸੀ, ਪਰ 40 ਸਾਲ ਬਾਅਦ ਮਿਲਾਪ ਹੋ ਗਿਆ ਸੀ। ਪਰ ਇਸ ਵਿਛੋੜੇ ਨੂੰ ਤਾਂ 63 ਸਾਲ ਹੋ ਗਏ ਹਨ, ਪਰ ਹਾਲੇ ਉਡੀਕ ਨਹੀਂ ਮੁੱਕੀ। ਮਾਈ ਰਾਬੋ ਵਰਗੀ ਮਹਾਨ ਨਾਰੀ ਸ਼ਾਇਦ ਹੀ ਹੋਵੇ ਜਿਸਨੇ ਪਤੀ ਦੀ ਉਡੀਕ 'ਚ ਆਪਣੀ ਸਾਰੀ ਜ਼ਿੰਦਗੀ ਬਿਤਾ ਲਈ। ਜਦੋਂ ਜੋਗਿੰਦਰ ਮੈਨੂੰ ਆਪਣੇ ਘਰ ਲੈ ਕੇ ਗਿਆ ਤਾਂ ਉਸਨੇ ਅੰਮਾ ਰਾਬੋ ਨੂੰ ਮੇਰੇ ਬਾਰੇ ਦੱਸਿਆ ਕਿ ਲੇਖਕ ਭਾਰਤ ਦੇ ਪੰਜਾਬੀ ਅਖਬਾਰ ਸਪੋਕਸਮੈਨ ਵਿੱਚ ਲਿਖਦਾ ਹੈ ਅਤੇ ਸਾਡੇ ਬਾਰੇ ਵੀ ਲਿਖੇਗਾ। ਇਸ ਤਰ੍ਹਾਂ ਸਾਨੂੰ ਆਪਣੇ ਵਿਛੜੇ ਮਿਲ ਜਾਣਗੇ। ਇਹ ਗੱਲ ਸੁਣ ਕੇ ਅੰਮਾ ਦੀਆਂ ਬੁੱਢੀਆਂ ਅੱਖਾਂ 'ਚ ਇੱਕ ਖਾਸ ਕਿਸਮ ਦੀ ਚਮਕ ਪੈਦਾ ਹੋਈ ਜਿਸ ਨੂੰ ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਬਿਆਨ ਕਰਨਾ ਮੁਸ਼ਕਲ ਹੈ। ਉਹ ਇੱਕ ਟੱਕ ਬੋਲਣ ਲੱਗੀ, ਜੋਗਿੰਦਰ ਨੂੰ ਇਸ ਦਾ ਪਿਓ ਮਿਲੇਗਾ? ਇਸ ਦੇ ਵੀਰ ਇਸ ਨੂੰ ਮਿਲਣਗੇ? ਮੈਂ ਅੰਮਾ ਦੇ ਜਜ਼ਬਾਤ ਵੇਖ ਕੇ ਹੈਰਾਨ ਹੋ ਰਿਹਾ ਸੀ। ਜੋਗਾ ਸਿੰਘ ਨੇ ਭਾਵੇਂ ਅੰਮਾ ਰਾਬੋ ਨੂੰ ਜ਼ਿੰਦਗੀ ਵਿੱਚ ਦੁੱਖਾਂ ਤੋਂ ਸਿਵਾਏ ਕੁਝ ਨਹੀਂ ਦਿੱਤਾ, ਪਰ ਉਸ ਦੇ ਦਿਲ ਵਿੱਚ ਅੱਜ ਵੀ ਉਸ ਲਈ ਅਥਾਹ ਕਦਰ ਹੈ। ਜੋਗਿੰਦਰ ਨੂੰ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਮਿਲਣ ਦਾ ਬੜਾ ਚਾਅ ਹੈ। ਲੇਖਕ ਨੂੰ ਜੋਗਿੰਦਰ ਨੇ ਆਪਣਾ ਉਹ ਪਾਸਪੋਰਟ ਵੀ ਵਿਖਾਇਆ ਜਿਸ ਉੱਤੇ ਉਸ ਨੇ ਆਪਣੀ ਮਾਂ ਅਤੇ ਮਾਮੇ ਨਾਲ ਭਾਰਤ ਦਾ ਸਫ਼ਰ ਕੀਤਾ ਸੀ। ਜੋਗਿੰਦਰ ਨਾਲ ਫੋਨ ਨੰਬਰ 0092-34-50-78-02 'ਤੇ ਤਾਲਮੇਲ ਕੀਤਾ ਜਾ ਸਕਦਾ ਹੈ। ਜੋਗਿੰਦਰ ਅਤੇ ਮਾਈ ਰਾਬੋ ਦੀ ਰੂਹ ਚੱਕ 17 ਵਿੱਚ ਅੱਜ ਵੀ ਆਪਣੇ ਪਿਆਰਿਆਂ ਦੀ ਯਾਦ ਵਿੱਚ ਵਿਰਲਾਪ ਕਰ ਰਹੀ ਹੈ। ਬੇਚੰਨ ਬੇਬੰਨ ਚੱਲਿਆ ਤਰਫ ਜਿਮੀ ਦੇ ਅਰਸ਼ੋਂ ਫਰਸ਼ ਟਕਾਇਆ ਹੂ, ਬੇਬੰਨ ਚੱਲਿਆ ਤਰਫ ਜਿਮੀ ਦੇ ਅਰਸ਼ੋਂ ਫਰਸ਼ ਟਕਾਇਆ ਹੂ, ਖਰਥੀ ਮਿਲਿਆ ਦੇਸ਼ ਨਿਕਾਲਾ ਅਸਾਂ ਲਿਖਿਆ ਝੋਲੀ ਪਾਇਆ ਹੂ, ਰਹੋ ਨੀ ਦੁਨੀਆ ਦਾ ਕਰ ਝੀੜਾ ਸਾਡਾ ਅੱਗੇ ਦਿਲ ਘਬਰਾਇਆ ਹੂ, ਅਸਾਂ ਪਰਦੇਸੀ ਸਾਡਾ ਵਤਨ ਦੁਰਾਡਾ ਬਾਹੂ ਦਮ ਦਮ ਗਮ ਸਵਾਇਆ ਹੂ। ਭਾਗ ਅਗਲਾ
साडी सलाम याद रखना। मेरे सीने च भावें जज्बात भरिया दिल है, पर चक सतारा दे बिछड़े सजना दी बात पाउण वाला बाबा सफी मुहम्मद जज्बात दी चलदी फिरदी तस्वीर है। ਉਹ ਜਦੋਂ ਕੋਈ ਵਾਕਾ ਬਿਆਨ ਕਰਦਾ ਹੈ ਤਾਂ ਉਸ ਦੀਆਂ ਅੱਖਾਂ 'ਚ ਹੰਝੂਆਂ ਦੇ ਤਾਰੇ ਝਿਲਮਿਲ ਕਰਨ ਲੱਗ ਪੈਂਦੇ ਹਨ। ਮੇਰੀ ਕਲਮ ਦੀ ਜ਼ੁਬਾਨ ਨੇ ਉਸ ਦੇ ਅੱਖਰਾਂ ਦੇ ਮੋਤੀਆਂ ਨੂੰ ਬੁੱਝੇ ਸਿਵੇ ਬਲਦੀਆਂ ਯਾਦਾਂ ਵਿੱਚ ਪਰੋਇਆ ਹੈ। ਮੈਂ ਇੱਕ ਦਿਨ ਸਵਾਲ ਕੀਤਾ ਕਿ ਬਾਬਾ ਜੀ, ਸਿੱਖਾਂ ਦਾ ਤੁਹਾਡੇ ਨਾਲ ਸਲੂਕ ਕਿਹੋ ਜਿਹਾ ਸੀ? ਤੁਸੀਂ ਸਾਰੇ ਕੰਮੀ ਕਾਰੀ ਸੋ ਤੇ ਸਿੱਖ ਜ਼ਮੀਨਾਂ ਦੇ ਮਾਲਕ, ਤੁਹਾਡੀ ਗੁਜ਼ਰ ਬਚਰ ਕਿਸ ਤਰ੍ਹਾਂ ਹੁੰਦੀ ਸੀ? ਬਾਬਾ ਸਫੀ ਮੁਹੰਮਦ ਲਿਸ਼ਕਦੀਆਂ ਅੱਖਾਂ ਨਾਲ ਕਹਿਣ ਲੱਗਾ, ਸਰਦਾਰਾਂ ਨੇ ਕਦੇ ਕਿਸੇ ਨੂੰ ਹਕੀਰ ਨਹੀਂ ਸੀ ਸਮਝਿਆ, ਉਹ ਸਾਰਿਆਂ ਨਾਲ ਹੀ ਬੜਾ ਚੰਗਾ ਸਲੂਕ ਕਰਦੇ ਸਨ। ਹਜ਼ਰਤ ਮੁਹੰਮਦ ਸਾਹਿਬ ਦਾ ਫਰਮਾਨ ਹੈ ਕਿ ਜਿਸ ਦਾ ਗਵਾਂਢੀ ਰਾਤ ਭਰ ਭੁੱਖਾ ਰਿਹਾ ਅਤੇ ਆਪ ਉਹ ਢਿੱਡ ਭਰ ਕੇ ਸੌਂ ਗਿਆ, ਉਸ 'ਤੇ ਜੰਨਤ ਹਰਾਮ ਹੈ। ਬਾਬਾ ਸਫੀ ਮੁਹੰਮਦ ਨੇ ਹੋਰ ਦੱਸਿਆ, ਜਦੋਂ ਵੀ ਪਿੰਡ ਵਿੱਚ ਕਿਸੇ ਗਰੀਬ ਦੀ ਧੀ ਭੈਣ ਜਵਾਨ ਹੋ ਜਾਂਦੀ ਸੀ ਤਾਂ ਸਿੱਖ ਆਪਣੇ ਪੱਲੇ ਤੋਂ ਖਰਚ ਕਰਕੇ ਉਸਦਾ ਵਿਆਹ ਕਰ ਦਿੰਦੇ ਸਨ। ਜੇ ਕਿਸੇ ਨੂੰ ਮੇਲ ਵਾਸਤੇ ਦੁੱਧ ਦੀ ਲੋੜ ਪੈਣੀ ਤਾਂ ਉਹਨਾਂ ਨੇ ਆਪ ਬੂਹਾ ਖੜਕਾ ਕੇ ਪੁੱਛਦੇ ਫਿਰਨਾ ਕਿ ਕਿੰਨੇ ਕੁ ਦੁੱਧ ਨਾਲ ਸਰ ਜਾਊਗਾ। ਜੇ ਕਿਸੇ ਗਰੀਬ ਦੇ ਘਰ ਦਾਣੇ ਮੁੱਕ ਜਾਣੇ, ਉਹ ਜਿਹੜੇ ਵੀ ਸਰਦਾਰ ਦਾ ਬੂਹਾ ਖੜਕਾਉਂਦਾ ਕਦੇ ਖਾਲੀ ਹੱਥ ਨਾ ਪਰਤਦਾ। ਬਾਬਾ ਸਫੀ ਮੁਹੰਮਦ ਸਰਦਾਰਾਂ ਦੀ ਮੁਹੱਬਤ ਦੇ ਪੰਨੇ ਪਲਟਦਾ ਹੋਇਆ ਦੱਸਦਾ, ਸਾਨੂੰ ਮੁਸਲਮਾਨਾਂ ਨੂੰ ਸਰਦਾਰਾਂ ਨੇ ਕਹਿਣਾ ਕਿ ਭਾਈ ਨਮਾਜ਼ ਪੜ੍ਹਿਆ ਕਰੋ ਅਤੇ ਰੋਜ਼ੇ ਰੱਖਿਆ ਕਰੋ, ਤੁਸੀਂ ਆਪਣੇ ਧਰਮ ਦੀ ਪਾਲਣਾ ਕਰੋ, ਤੁਹਾਡੇ ਖਰਚ ਦਾ ਪ੍ਰਬੰਧ ਅਸੀਂ ਕਰਾਂਗੇ। ਰੋਜ਼ਿਆਂ ਦਾ ਚੰਨ ਚੜ੍ਹਨ ਤੋਂ ਇੱਕ ਦੋ ਦਿਨ ਪਹਿਲਾਂ ਹੀ ਗਰੀਬ ਘਰਾਂ ਵਿੱਚ ਕਣਕ ਘਿਓ ਪਹੁੰਚ ਜਾਣਾ, ਉਹ ਆਪਣੇ ਧਰਮ ਦੇ ਪੱਕੇ ਸਨ। ਅਸੀਂ ਆਪਣੇ ਮਜ਼ਹਬ ਦੇ ਧਾਰਮਿਕ ਵਿਤਕਰੇ ਸਾਡੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਸਨ। ਬਾਬਾ ਸਫੀ ਮੁਹੰਮਦ ਪੁਰਾਣੀਆਂ ਯਾਦਾਂ ਦੇ ਵਿਤਕਰੇ ਵਰਕੇ ਫੋਲਦਾ ਹੋਇਆ ਭਾਵਕ ਹੋ ਜਾਂਦਾ। ਬਾਬੇ ਨੂੰ ਆਪਣੇ ਜਜ਼ਬਾਤ 'ਤੇ ਕਾਬੂ ਨਹੀਂ ਸੀ ਰਿਹਾ ਅਤੇ ਲੇਖਕ ਨੂੰ ਆਪਣੀਆਂ ਅੱਖਾਂ 'ਤੇ ਨਮਕੀਨ ਪਾਣੀ 'ਤੇ ਬਾਬੇ ਸਫੀ ਮੁਹੰਮਦ ਦੀਆਂ ਗੱਲਾਂ ਸੁਣ ਕੇ ਉਹਨਾਂ ਹਸਤੀਆਂ ਦੇ ਪੈਰ ਛੂਹਣ ਨੂੰ ਜੀ ਕਰਦਾ ਹੈ ਜਿਨ੍ਹਾਂ ਦੇ ਦਿਲ ਮਨੁੱਖਤਾ ਨਾਲ ਭਰੇ ਹੋਏ ਸਨ। ਉਹਨਾਂ ਦੇ ਕਦਮਾਂ ਦੀ ਖਾਕ ਨੂੰ ਅੱਖਾਂ ਦਾ ਸੁਰਮਾ ਬਣਾਉਣ ਨੂੰ ਜੀ ਕਰਦਾ ਹੈ ਜਿਨ੍ਹਾਂ ਗਲੀਆਂ ਵਿੱਚ ਉਹ ਤੁਰੇ ਸਨ। ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ। ਬਾਬਾ ਸਫੀ ਮੁਹੰਮਦ ਦੇ ਜਜ਼ਬਾਤ ਜੇ ਪੂਰੀ ਦੁਨੀਆ ਵਿੱਚ ਪਹੁੰਚੇ ਹਨ ਤਾਂ ਇਸ ਵਿੱਚ ਸਪੋਕਸਮੈਨ ਦਾ ਬਹੁਤ ਵੱਡਾ ਹੱਥ ਹੈ। ਸਪੋਕਸਮੈਨ ਹੁਣ ਅਖਬਾਰ ਹੀ ਨਹੀਂ ਸਗੋਂ ਵਿਛੜਿਆਂ ਦੇ ਮੇਲ ਕਰਾਉਣ ਵਾਲਾ ਬਹੁਤ ਵੱਡਾ ਪਲੇਟਫਾਰਮ ਬਣ ਗਿਆ ਹੈ। ਜਦੋਂ ਬੁੱਝੇ ਸਿਵੇ ਬਲਦੀਆਂ ਯਾਦਾਂ ਦੀ ਪਹਿਲੀ ਕਿਸ਼ਤ ਪ੍ਰਕਾਸ਼ਿਤ ਹੋਈ ਤਾਂ ਲੇਖਕ ਨੂੰ ਚੜ੍ਹਦੇ ਪੰਜਾਬ ਅਤੇ ਪੂਰੀ ਦੁਨੀਆ ਤੋਂ ਅਣਗਿਣਤ ਫੋਨ ਆਏ। ਪਹਿਲਾਂ ਫੋਨ 7:35 'ਤੇ ਦਿੱਲੀ ਤੋਂ ਦਲਜੀਤ ਸਿੰਘ ਹੋਰਾਂ ਦਾ ਸੀ। ਉਹ ਕਹਿਣ ਲੱਗੇ ਕਿ ਸਪੋਕਸਮੈਨ ਵਿੱਚ ਤੁਹਾਡਾ ਲੇਖ ਪੜ੍ਹ ਕੇ ਰੂਹ ਉੱਡ ਕੇ ਲਹਿੰਦੇ ਪੰਜਾਬ ਪੁੱਜ ਗਈ। ਦੂਜੀ ਕਾਲ ਮੋਗਾ ਜ਼ਿਲ੍ਹੇ ਦੇ ਰੋਡੇ ਪਿੰਡ ਤੋਂ ਦਰਸ਼ਨ ਸਿੰਘ ਦੀ ਸੀ। ਇਹਨਾਂ ਦੇ ਬਜ਼ੁਰਗ ਗੁਜਰਾਂ ਵਾਲੇ ਤੋਂ ਹਿਜਰਤ ਕਰਕੇ ਗਏ ਸਨ। ਦਰਸ਼ਨ ਸਿੰਘ ਕਹਿਣ ਲੱਗੇ ਕਿ ਵੀਰ ਜੀ, ਤੁਹਾਡੇ ਲੇਖ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਉਹਨਾਂ ਨੇ ਬਾਬਾ ਸਫੀ ਮੁਹੰਮਦ ਨਾਲ ਵੀ ਗੱਲ ਕਰਨ ਦੀ ਇੱਛਾ ਪ੍ਰਗਟਾਈ। ਮੈਂ ਬਾਬੇ ਸਫੀ ਮੁਹੰਮਦ ਕੋਲ ਚਲਾ ਗਿਆ ਅਤੇ ਦੱਸਿਆ ਕਿ ਚੜ੍ਹਦੇ ਪੰਜਾਬ ਤੋਂ ਦਰਸ਼ਨ ਸਿੰਘ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ। ਇੰਨੀ ਦੇਰ ਨੂੰ ਫਿਰ ਫੋਨ ਖੜਕ ਪਿਆ ਅਤੇ ਮੈਂ ਫੋਨ ਬਾਬੇ ਸਫੀ ਮੁਹੰਮਦ ਨੂੰ ਫੜਾ ਕੇ ਦੋਹਾਂ ਦੀਆਂ ਪਿਆਰ ਭਰੀਆਂ ਗੱਲਾਂ ਸੁਣਨ ਲੱਗ ਪਿਆ। ਉਹਨਾਂ ਦੋਹਾਂ ਨੇ 10 ਮਿੰਟ ਤੱਕ ਇੱਕ ਦੂਜੇ ਨਾਲ ਦੁੱਖ ਸਾਂਝੇ ਕੀਤੇ। ਉਸ ਤੋਂ ਬਾਅਦ ਫੋਨ ਮੇਰੇ ਹੱਥ ਵਿੱਚ ਸੀ। ਦਰਸ਼ਨ ਸਿੰਘ ਕਹਿ ਰਿਹਾ ਸੀ ਕਿ ਵੀਰ ਜੀ, ਮੈਂ ਫੋਨ ਕਰਨ ਤੋਂ ਪਹਿਲਾਂ ਰੋ ਰਿਹਾ ਸੀ, ਮੂੰਹ ਧੋ ਕੇ ਫੋਨ ਕੀਤਾ ਹੈ। ਮੈਂ ਦੁਆ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਲਿਖਦੇ ਰਹੋ ਅਤੇ ਅਸੀਂ ਪੜ੍ਹਦੇ ਰਹੀਏ। ਤੀਜੀ ਕਾਲ ਮਨੋਹਰ ਸਿੰਘ ਜੀ ਦੀ ਸੀ। ਉਹਨਾਂ ਦਾ ਪਿਛਲਾ ਟਿਕਾਣਾ ਫੈਸਲਾਬਾਦ ਜ਼ਿਲ੍ਹੇ ਵਿੱਚ 120 ਚੱਕ ਜੀ ਬੀ ਸੀ। ਉਹਨਾਂ ਦੱਸਿਆ ਕਿ ਇੱਕ ਵਾਰ ਉਹ ਨਨਕਾਣੇ ਗਏ ਅਤੇ ਪਿਛਲਾ ਪਿੰਡ ਵੇਖਣ ਦੀ ਇੱਛਾ ਨੇ ਸਿਰ ਚੁੱਕ ਲਿਆ। ਉਹ ਅੱਖ ਬਚਾ ਕੇ ਆਪਣੇ ਪਿੰਡ ਚਲਾ ਗਿਆ ਅਤੇ ਆਪਣੇ ਘਰ ਦੇ ਬੂਹੇ ਅੱਗੇ ਸਜਦਾ ਕਰਕੇ ਵਾਪਸ ਆ ਗਿਆ, ਕਿਉਂਕਿ ਹੁਣ ਉਹ ਘਰ ਕਿਸੇ ਹੋਰ ਦਾ ਹੈ। ਸਾਡੇ ਨਾਲ ਤਕਦੀਰ ਨੇ ਕਿੰਨਾ ਵੱਡਾ ਮਖੌਲ ਕੀਤਾ ਹੈ ਕਿ ਸਾਡੇ ਤੋਂ ਆਪਣੀ ਚੀਜ਼ ਨੂੰ ਆਪਣਾ ਕਹਿਣ ਦਾ ਹੱਕ ਖੋ ਲਿਆ ਹੈ। ਮੈਂ ਦੋਹਾਂ ਹਕੂਮਤਾਂ ਨੂੰ ਬੇਨਤੀ ਕਰਦਾ ਹਾਂ ਕਿ ਮਨੋਹਰ ਸਿੰਘ ਜਿਹੇ ਵੀਰਾਂ ਨੂੰ ਘੱਟੋ ਘੱਟ ਆਪਣਾ ਘਰ, ਆਪਣਾ ਪਿੰਡ ਵੇਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੀਆਂ ਅੱਖਾਂ
ठंडियां कर सकन। जदों तुसीं दोवें पासे दे लोकां नूं आपस मिलण दा मौका दिओगे तां तुहाडा गोला बारूद ते खर्च होण वाला पैसा भी बचेगा। वह पैसा गरीब का तन ढक्कण दे काम आवेगा। मैं तां कहिंदा हां कि जंग जरूर लड़ो पर एटमी हथियारां नाल नहीं सगों प्यार दे हथियारां नाल लड़ो। मनुख नूं मनुख तों दूर करन लई नहीं सगों नेड़े करन लई लड़ो। इस तरह मैं एक होर मित्र का जिक्र करना चाहवांगा जिस तों लिखारी नूं अणमिणवा प्यार मिलिया है। ये मेरे वीर हैं रुपिंदरजीत सिंह जिहड़े अंबाला विखे रहिंदे हन। किसी दवाइयां की कंपनी विच मैनेजर हन अते सारा साल सफरी बैग मोढ़े विच पाई पूरा मुल्क घूमते रहिंदे हन। जदों भी मेरा लेख छपदा है तां ये हर बारी फोन करदे ने। इन्हां ने स्पोक्समैन विच छपियां मेरियां सारियां कवितावां ते लेख संभाल के रखे हुए हन। वंड तों पहलां चक नंबर 17 ते 6 नंबर दर्शन उन्हां चों एक अनोख सिंह बुतवालिया सी। उस बारे बाबा सफी मुहम्मद दसदा है कि वह बहुत ही ईमानदार इंसान सी। उसका मनना सी कि जे रब मस्जिदां मंदरां ते गुरुद्वारियां विच नहीं मिलदा, जे रब नूं मिलना होवे तां कदे किसे टुट्टे दिल विच प्यार नाल झाती मार के वेख तैनूं रब नज़र आवेगा। कदे किसे गरीब दी गरज पूरी कर रब तैनूं आप मिलन आवेगा। कदे किसे दुनिया दे सताए हुए बंदे नाल दो हमदर्दी दे बोल सांझे कर रब तेरा बूहा मल के बैठ जावेगा। कदे कदे मैनू महसूस हुंदा है कि सरदारां दीआं रूहां मैनू मजबूर करदीआं हन कि साडा इतिहास लिख, नहीं तां असीं स्वर्ग विच बेकरार होवांगीआं। अज वी लिखण दे रौं विच नहीं सी पर जदों ख्यालां दी दुनिया विच पुज्जा तां वेखदा हां कि सरदार अनोख सिंह सिद्धा गलीए गली मेरे वल आ रिहा है। सत श्री अकाल कह के मेरे कोल बह के कहिंदा है, पुत्रा जे तू आराम नाल लम्मा प्यारिया फिर इस लेख नूं कौन मुकम्मल करेगा। साडी प्यार भरी सांझ दा इतिहास कौन लिखेगा। की साडी 17 वरियां दी सांझ भंग दे पहाड़े रुल जावेगी। 1876 दे नेड़े तेड़े चकबंदी होई सी। इस तरह असीं लगभग 70 वरे इकट्ठे रहे। कि असीं किसे गलत अखर वांग दुनिया दी तख्ती तों मिटा दित्ते जावांगे। कि असीं लोकां दीआं पुराणा किस्सा बन चुके हां। असीं भी इस पिंड दी धरती दे मालक हां। असीं भी कदे इन्हां चौंकां विच महफलां सजाउंदे सां। तुसीं जागदी दुनिया दे लोक बड़े ही खुदगर्ज हो। इस दुनिया नूं छड्ड के जाण वालिआं दे कफन मैले होण अते सिवे दी अग ठंडी होण तों पहलां ही भुला दिंदे हो। आ वेख लो खां मौलवी अब्दुल रहमान होरां नूं जिन्हां नूं सारे पिंड वाले झुके सलाम करदे सन, अज उन्हां दी कबर ते कोई दुआ मंगण लई तैयार नहीं। असीं ते इमानदारी नाल देश दी आजादी लई दिन रात एक कीता सी पर तकदीर नूं कुछ होर मंजूर सी। शायद साडे सिवियां दी राख किसे होर धरती ते लिखी सी, नहीं ते अपना पिंड अपनी मिट्टी कौन छड़दा। तकदीरां ने सानू एक दूजे तों कोहां दूर पिंजरिआं विच बंद कर दिता। गुलामां नू आरजी गुलामी चों कढ के पक्की गुलामी दे तौंक गलां विच पा दित्ते गए। गुलामी दी इच्छा जानण दी कदे किसे नू जरूरत ही महसूस नहीं होई। मैनू ते सिर्फ इस गल दा दुख है कि इस दुनिया ने हुसन दा मुल ते अट्टी पाया ही सी, प्यार दा मुल भी अट्टी ही पौन लग पई है। इस लई मैं बेनती करदा हां कि साडी सांझ नूं बुझे सिवे बलदियां यादां विच परो के अमर कर दे। जिहड़े मनुखता दी भलाई लई अपना ऐश आराम तज के इंसानियत दी सेवा करदे हन उन्हां चों सरदार अनोख सिंह दा विलक्खण स्थान है। सरदार अनोख सिंह दा कहना सी कि अपने लई ते हर कोई जिउंदा है पर स्वाद ते तां है जे होरां लई जिंदगी गुजारी जावे। अनोख सिंह दे गवांडी ईसाइयां दी ठठी सी। बेचारे बड़े ही गरीब सन। वह जिमीदारां नाल रोटी ते जिंदगी गुजार दिंदे सन पर अनोख सिंह ने कदे किसे तों बेगार नहीं सी लई। वह क्रिसमस ते ईस्टर वाले दिनां विच खास तौर ते ईसाइयां दी सहायता करदा, करजा दे के किसे नूं तंग ना करदा, जे किसे च मोड़न दी हिम्मत ना हुंदी तां घर जा के माफ कर दिंदा। सरदार अनोख सिंह दे हक विच अणगिणत शहादतां मिलदियां हन कि उस दे नाल दा बंदा इलाके विच पालिआं भी नहीं मिलदा। हिजरत तों कुछ दिन
हिजरत तों कुछ दिन पहला ही उन्हां दे घर दा सारा समान ते डंगर माल आदि पिंड दे गरीबां विच वंड दित्ता। अनोख सिंह ने उस समय जिहड़े शब्द कहे ओह भी उस नूं फरिश्तियां दी कतार विच खड़ा करदे हन। इह समान इस पिंड विच ही रह के बनाया सी, इस लई इस ते पिंड दा ही हक है। जिथे जावांगे उथे वाहिगुरू सब कुछ दे देवेगा। पल्ले रिजक नहीं बन दे पंछी ते दरवेश, पल्ले रिजक नहीं बन दे पंछी ते दरवेश, जिन्ना तकवा रब ते उन्ना रिजक हमीर। अनोख सिंह किन्ना वड्डा मनुखतावादी सी, इसका अंदाजा इस गल तो लाया जा सकता है कि उसने दलित मुहम्मद बूटा अंसारी नू अपना पगवट भरा बनाया होया सी। जदों अनोख सिंह नू अपना पिछला पिंड बुत छड के चक सतारा विच जमीन खरीदी तो मुहम्मद बूटा भी भरा दे नाल इत्थे ही वसिया। सरदार अनोख सिंह ने मुहम्मद बूटे नू गुजर बसर लई कुछ जमीन एक मझ दे नाल नाल सिर सपाउण लई एक खुली हवेली भी दे दित्ती। अनोख सिंह ने ना कदे अपने मूँह बोले भरा कोलों जमीन का ठेका लिया ते ना ही वाही बीजी चों हिस्सा। देश दी वंड तक यह जमीन उस कोल रही। अनोख सिंह ते उसकी संतान ने कदे महसूस नहीं कराया कि जमीन का असल मालक कौन है। इस तों अज सरदारां नू मुहम्मद बूटे नू इस तों अड सरदारा ने मुहम्मद बूटे नू एक होर इज्जत भी बख्शी सी। वह ये सी कि पिंड विच जदों भी किसी मुसलमान दे घर विआह होना उन्हां दुध दी मंग बूटे मुहम्मद कोल जा के करनी, फिर मुहम्मद बूटे ने चौकीदार राही सरदारा दे घर सुनेहा कल देना। सरदारा ने अपने अपने घर चो दुध चवा के मुहम्मद बूटे दे घर दे आउणा। इस तरह विआह वाले ने बूहे बूहे जाण दी जिल्लत तों बचे रहना। मुहम्मद बूटा कहिंदा सी कि अनोख सिंह दी जिहड़ी जमीन ते ओह खेती करदा सी ओह उस नूं उस दे नां करवाउणा चाहुंदा सी, पर अंग्रेजां समें कमियां दे नां जमीन नहीं सी लगदी। बूटा कहिंदा सी कि ओह बुत तों तां अनोख सिंह नाल चक सतारा आ गया, पर देश दी वंड समें उस दे नाल ना जा सकिया। ओह कहिंदा सी कि वंड तों साल बाद भी घरों बाहर निकलण नूं जी ना करना। जे कदे किसी काम कार अनोख सिंह दे घर वल जाना तां उहदे घर दीआं कंधां ने अगों खाण नूं दौड़ना। 20 साल पहला बूटा मुहम्मद इस झूठी दुनिया तो मूँह मोड़ गया ते अनोख सिंह दा पता नहीं। मन लई जो करदा रब पाक है, आउंदी याद वतन दी खाक है, टुट फुट टुकड़े बन गए दिल दे, हाए मैं पुज गया वांगू खेल दे, उड़था बन गई है ते ही विछड़े यार पुराने बड़ी मुसीबत के ही है। भाग अगला। ताड़ी मार उड़ा ना बाहू असी आपे उड्डन हारे हू, ताड़ी मार उड़ा ना बाहू असी आपे उड्डन हारे हू। डुबदे सूरज दी लाली नाल उस दिन पंजाब दे पंजां दरियावां दा पानी भी सुरख रंग दा हो गया सी अते धरती तपदी पट्ठी वांग तप रही सी। इंज जापदा सी जिवें इस जुलम दी तपश नाल पंजाब दे हर शै पिघल जावेगी। सदियां तों इकट्ठे वसे होए लोग एक दूजे नूं शक दी निगाह नाल वेखण लई मजबूर हो गए सन। बाबा शफी मुहम्मद दसदा है कि उस क्यामत दे दिहाड़े नूं तां मैं क्यामत तक नहीं भुल सकदा। कुरान शरीफ विच क्यामत बारे खुदा ने फरमाया है कि उस दिन पहाड़ पिंजी रूह वांग उड़दे फिरनगे, चन सूरज अते दूसरे सियारे बेनूर हो के आपस विच टकरा के चढ़ जाणगे, जंगलों के जानवर शहरां वल अते शहरां दे लोग जंगलों वल भज पैण पे। बाबा सफी मुहम्मद कहिंदा है कि उस दिन का नज़ारा क्यामत तो घट नहीं सी, कोई किसी नूं दिलासा देण वाला नहीं सी। उस दिन सारे आजादी के जहर नूं अमृत समझ के प्याले नूं मूँह नाल लाई बैठे सन। फिर कौन किसे सुकरात की सहायता करदा, टलदे परछावें हेठ तां हर कोई सिर लुकाउण की कोशिश करदा है, पर टलदे वक्तां की कौड़ी छां थले कोई नहीं बहिंदा। खुदगर्ज लोग टले वक्तां वालियां की आवाज भी अपने कन्नी नहीं पैण देंदे। बाबा शफी मुहम्मद ने दसिया कि उन्हां दे पिंड चक सतारा विच इस तरह नहीं सी होया। मैं बाबे नूं कहा, बाबा जी मैं एक अजिहे बंदे नूं जाणदा हाँ जिस नूं पाकिस्तान बनन तों बाद बेकदरी दी सूली चाड़ दिता गया सी, तुसी भी कदे उस दा जिक्र नहीं कीता। बाबा कहिंदा ओह केड़ा बंदा है,
जिसनू मैं लुकाई रखिया। मैं कहा साई हासल जिसनू तुसी हाले तक मेरी कलम की नोक ते नहीं आउन दिता। लेख नू अगों अगे टोरन तो पहला मैं साई हासल बारे थोड़ा दसना चाहुंदा हाँ। साई हासल मरासी सी, पंजाब विच इन्हां नू मीर आलम भी कहा जाता है। इन्हां दा इन्ना सत्कार किया जाता सी कि धियां भैणां दे रिश्ते भी इन्हां राही किते जांदे सन। साई दा दादा पिंड चक सतारा विच आ के वस गया सी। सरदारा ने पिंड दी न्याई चों इन्हां नू 2 एकड़ भोए दे दित्ती, पनाल दी हवेली वल दित्ती। उंज तां साई हासल दे भरा भी 2-2, 4-4 जमातां पढ़े हुए सन, पर साई हासल ने उस समय 10वीं कीती सी। पंजाबी तो इलावा उर्दू, फारसी अते अंग्रेजी भी पढ़ लैंदा सी। कुदरत ने उसनू बहुत ही सुरीली आवाज नाल माल माल कीता होया सी। कहिंदे ने कि मरासी दा बाल भी जे रोंदा होवे तां सुर विच रोवेगा, पर सोहणे रब ने साई हासल दे गले विच सुर दी जिहड़ी पूंजी रखी सी उह बहुत घट लोकां नूं नसीब हुंदी है। बाबा मेजा मसीह कहिंदा है कि जदों साई हासल हीर पढ़दा सी तां उड़दे पंछी खलो जांदे सन। उह सुल्तान बाहू होरां दे कलाम ते वी विछड़े मेल देंदा सी। सरदारां दे घर जदों वी खुशी दा कोई मौका होणा, उहनां ने साई हासल तों हीर अते बाहू होरां दा कलाम जरूर सुनना। सरदार अनोख सिंह ने तां अपनी बैठक विच वड्डा सारा कौड़े तेल वाला दीवा रखिया होया सी। ठंड शुरू हुंदिआं ही उस दे डेरे ते हीर दा दौर शुरू हो जाना ते विसाख तक इह कम चलदा रहना। गर्मियां दी दुपहर नूं पिंडो बाहर वड्डे पिपल थले पूरी गर्मी इक पाठ जारी रहना। वंड तों बाद साई हासल नूं किसे ने हीर पढ़दिया नहीं सी सुनिया। जे किसे ने आखणा वी तां उसने अगों जवाब दे देना कि हीर दे कदरां तां टुर गए ने, मैं हुण किहनूं हीर सुणाउणी है। सरदार लोक साई हासल दीआं सारीआं लोड़ां पूरीआं कर देंदे सन। वंड तों बाद उजड़े पुजड़े मुजाहर तां आप मुहम्मद आप गजरमंद सन। सिखां दे घर लुट के अपने घर बैठे घर भरी बैठे सन। उन्हां ने साई हासल नूं की देना सी। अपनी बेकदरी वेख के साई हासल ने परिवार दे टिड्डां दा नरक भरन लई भिख्या मंगनी शुरू कर दित्ती। जदों किसे कलाकार दा दिल टुटदा है तां जां ओह हिटलर बन के दुनिया दा नक्शा बदल दिंदा है, जां साई हासल वांग अपने आप नूं नशे ला के कबरी जा वड़दा है। साई हासल ने सज्जे हथ विच काशा, खब्बे हथ विच वलां वाली छोटी ते गल विच बगली पा लैणी, पिंड दीआं गलीआं च बूहे बूहे जा के सद लाउंदिआं फिरना, हला माई भाग लगे रहन, रब दुध पुत्र दी खैर करे, औखी रमज फकीरी वाली चढ़ सूली ते बहना, कर कर दे टुक्कर मंगने माइए भैने कहना। वैरी तकदीर ने किताब वाले हथ विच कासा फड़ा दिता अते सरदारा दी महफिल सरदारा वाग बहन वाला साई हासल गलियां दी मिट्टी तो भी सस्ता हो गया। इस दे नाल ही उसने अपने शरीर नूं अफीम अते भंग जिहे नशे ते ला लिया। घर दी लोड़ तों बचिया आटा वेच के नशा पानी लै लैना। साई हासल ने भंग कोटन वाले डंडे नाल घुंगरू बन्ने हुंदे सन। दुनिया तों बेखबर हो के जद उसने भंग कोटनी तां अपनी रौंच ही हीर दा इह बैंत छेड़ लैना। होका फिरे देंदा पिंडां विच सारे, आओ किसे फकीर जे होवना जे, मंग खाना काम ना काज करना, कुछ चारना ते ना चोमना जे, जरा कन्न पड़ाए के सवाह मलनी, गुरु सारे जगदा ही होवना जे, नहीं देनी वधाई फिर जम्मे दी, किसे मोए नू मूल ना रोमना जे, खुशी अपनी उठना मियां वारिस अते अपनी नींद ही सोवना जे। साई हासल नू जे कोई पढ़दे नूं सुन लैंदा तां फिर ओह चुप कर जांदा, फिर भंग दा प्याला पी के भुंजे सौं रहिंदा। वंड तों बाद चौधरी सरदार मुहम्मद दे डेरे ते कदे कदाई चला जांदा, नहीं तां सारा दिन भंग पी के निम दे थले सुत्ता रहिंदा। आखिरकार पिंड दा इह महान कलाकार 1975 विच हमेशा लई इस दुनिया तों विदा हो गया। सांझे देश ते सांझे पिंड विच अंतले 2 दिन बड़े ही दिलगीरी वाले सन। मौलवी सुनौला ने मुसलमाना दे घर घर जाके नसीहत कीती कि वेखो
ਅਸੀਂ ਕਈ ਵਰੇ ਭਰਾਵਾਂ ਵਾਂਗ ਇਕੱਠੇ ਰਹੇ ਹਾਂ। ਟੁਰਨ ਵੇਲੇ ਆਪਣੇ ਭਰਾਵਾਂ ਨਾਲ ਕਿਸੇ ਤਰ੍ਹਾਂ ਦਾ ਜ਼ੁਲਮ ਨਾ ਕਰਨਾ। ਮੁਸਲਮਾਨ ਲੁਹਾਰ ਤਰਖਾਣ ਸਿੱਖਾਂ ਅਤੇ ਹਿੰਦੂਆਂ ਦੇ ਗੱਡਿਆਂ ਦੀ ਮੁਰੰਮਤ ਕਰਨ ਲੱਗੇ ਹੋਏ ਸਨ ਕਿਉਂਕਿ ਇੱਕ ਦੋ ਦਿਨਾਂ ਬਾਅਦ ਉਹਨਾਂ ਨੇ ਲੰਮੇ ਪੈਂਡੇ 'ਤੇ ਨਿਕਲ ਜਾਣਾ ਸੀ। ਦੇਸ਼ ਛੱਡਣ ਤੋਂ ਇੱਕ ਰਾਤ ਪਹਿਲਾਂ ਸਰਦਾਰ ਅਨੂਪ ਸਿੰਘ ਨੇ ਸਾਈ ਹਾਸਲ ਨੂੰ ਆਪਣੇ ਡੇਰੇ 'ਤੇ ਸੱਦਿਆ ਅਤੇ ਹੀਰ ਪੜਨ ਦੀ ਮੰਗ ਕੀਤੀ। ਉਸ ਰਾਤ ਡੇਰੇ ਵਾਲੇ ਚੌਂਕ ਵਿੱਚ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ। ਸਾਈ ਹਾਸਲ ਨੇ ਉਸ ਰਾਤ ਹੀਰ 'ਚੋਂ 96 ਬੈਂਤ ਪੜ੍ਹੇ ਸਨ। ਬਾਬਾ ਸਫੀ ਮੁਹੰਮਦ ਦੱਸਦਾ ਕਿ ਉਹਨਾਂ 'ਚੋਂ ਇੱਕ ਬੈਂਤ ਅੱਜ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਸਾਨੂੰ ਬਖਸ਼ ਅੱਲਾ ਦੇ ਨਾਓ ਮੀਆਂ, ਸਾਥੋਂ ਭੁੱਲਿਆ ਇਹ ਗੁਨਾਹ ਹੋਇਆ। ਕੱਚਾ ਦੁੱਧ ਪੀਤਾ ਬੰਦਾ ਸਦਾ ਭੁੱਲੇ, ਧੁਰੋਂ ਆਦਮੋ ਭੁੱਲਣਾ ਰਾਹ ਹੋਇਆ। ਸ਼ੈਤਾਨ ਸਰਦਾਰ ਫਰਿਸ਼ਤਿਆਂ ਨਾ ਭੁੱਲਾ, ਸਜਦਿਓ ਕਿਬਰ ਦੇ ਰਾਹ ਹੋਇਆ। ਮੁੱਢੋਂ ਰੂਹ ਹੀ ਕੌਲ ਦੇ ਨਾਲ ਵੜਿਆ, ਜੁੱਸਾ ਛੱਡ ਕੇ ਅੰਤ ਫਨਾ ਹੋਇਆ। ਕੁਛ ਸਾਹ ਲੈਣ ਤੋਂ ਬਾਅਦ ਸਾਈ ਹਾਸਲ ਨੇ ਕਿਤਾਬ ਦੇ ਵਰਕੇ ਫੋਲ ਕੇ ਇਹ ਬੈਂਤ ਪੜ੍ਹੇ। ਅਫਸੋਸ ਮੈਨੂੰ ਆਪਣੀ ਨਾਕਸੀ ਦਾ, ਗੁਨਾਹਦਾਰਾਂ ਨੂੰ ਹਸ਼ਰ ਦੇ ਸੁਰਦ ਆਏ, ਉਹਨਾਂ ਮੋਮਨਾ ਖੌਫ ਇਮਾਨ ਦਾਏ ਅਤੇ ਹਾਜੀਆਂ ਬੈਂਤ ਮਾਮੂਰ ਦਾਏ। ਸੂਬੇਦਾਰ ਨੂੰ ਤਲਬ ਫੌਜ ਦੀ ਦਾ ਅਤੇ ਚਾਕਰਾਂ ਕੋਟ ਕਸੂਰ ਦਾਏ। ਸਾਰੇ ਮੁਲਕ ਖਰਾਬ, ਪੰਜਾਬ ਵਿੱਚ ਸਾਨੂੰ ਵੱਡਾ ਅਫਸੋਸ ਕਸੂਰ ਦਾਏ। ਸਾਰੇ ਮੁਲਕ ਖਰਾਬ, ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾਏ। ਇਹ ਬੈਂਤ ਪੜ੍ਹ ਕੇ ਸਾਈ ਹਾਸਲ ਹਟਕੋਰੇ ਭਰਨ ਲੱਗ ਪਿਆ ਅਤੇ ਕਿੰਨੀ ਦੇਰ ਕਿਤਾਬ 'ਤੇ ਸਿਰ ਰੱਖ ਕੇ ਰੋਂਦਾ ਰਿਹਾ। ਹਜ਼ਾਰਾਂ ਦੇ ਇਕੱਠ ਵਿੱਚ ਕੋਈ ਉੱਚੀ ਸਾਹ ਨਹੀਂ ਸੀ ਲੈ ਰਿਹਾ। ਹਰ ਕੋਈ ਡੂੰਘੇ ਫਿਕਰਾਂ ਵਿੱਚ ਡੁੱਬਾ ਹੋਇਆ ਸੀ। ਕਾਫ਼ੀ ਚਿਰ ਲੋਕਾਂ ਨੇ ਇਹ ਹਾਲਤ ਤਾਰੀ ਰਹੀ। ਅੰਤ ਸਾਈ ਨੂੰ ਸਿਰ ਚੁੱਕ ਕੇ ਫਿਰ ਸਫ਼ੇ ਫੋਲਣੇ ਸ਼ੁਰੂ ਕੀਤੇ ਅਤੇ ਇਹ ਬੈਂਤ ਪੜਿਆ। ਰਾਂਝਾ ਆਖਦਾ ਖਿਆਲ ਨਾ ਪਾਉ ਮੇਰੇ, ਸੀਂ ਸੱਪ ਫਕੀਰ ਦਾ ਦੇਸ਼ ਕਿਹਾ। ਪੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ, ਅਸਾਂ ਜਾਤ ਸਿਫਾਤ ਤੇ ਭੇਸ ਕਿਹਾ। ਵਤਨ ਦਮਾਂ ਦੇ ਨਾਲ ਤੇ ਜਾਤ ਜੋਗੀ, ਸਾਨੂੰ ਸਾਕ ਕਬੀਲੜਾ ਖੇਸ ਕਿਹਾ। ਜਿਹੜਾ ਵਤਨ ਤੇ ਜਾਤ ਵੱਲ ਧਿਆਨ ਰੱਖੇ, ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ। ਅਜੇ ਇੱਥੋਂ ਤੱਕ ਹੀ।